ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਡੇ ਪੇਸ਼ੈਂਟਸ ਨਾ ਚਾਰ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ, ਇਹਨਾਂ ਸਾਰਿਆਂ ਨੂੰ ਨਾ ਇੱਥੇ ਵੱਖਰੇ ਵੱਖਰੇ ਕਰਕੇ ਦੇਖਣਾ ਹੁੰਦਾ। ਇੱਕ ਹੁੰਦੀਆਂ ਸਾਡੀਆਂ ਬ੍ਰੇਨ ਡਿਸਆਰਡਰਸ ਜਿਹੜੀਆਂ ਕਿ ਦਿਮਾਗ ਦੇ ਨਾਲ ਹੁੰਦੀਆਂ, ਜਿਹੜੇ ਦਿਮਾਗ ਦੇ ਨਾਲ ਕੰਸਰਨ ਹੁੰਦੀਆਂ, ਜਿਹਨਾਂ 'ਤੇ ਅਸੀਂ ਕਹਿੰਦੇ ਹਾਂ ਬ੍ਰੇਨ ਡਿਸਆਰਡਰ ਆ ਗਿਆ। ਜਿਹੜੀਆਂ ਬਹੁਤੀਆਂ ਸਾਡੀਆਂ ਡਿਜ਼ੀਜ਼ ਇੱਥੇ ਅਸੀਂ ਟ੍ਰੀਟ ਕਰਦੇ ਹਾਂ ਉਹ ਬ੍ਰੇਨ ਡਿਸਆਰਡਰਸ ਹੁੰਦੀਆਂ। ਦੂਸਰੀਆਂ ਹੁੰਦੀਆਂ ਸਾਈਕੈਟ੍ਰਿਕ ਡਿਸਆਰਡਰਸ, ਜਿਨ੍ਹਾਂ ਦੇ ਵਿੱਚ ਬ੍ਰੇਨ ਨਹੀਂ ਇਫੈਕਟਡ ਹੈਗਾ ਪਰ ਬ੍ਰੇਨ ਦੇ ਕੈਮੀਕਲਸ ਇਫੈਕਟਡ ਹੈ, ਉਸ ਤਰ੍ਹਾਂ ਬ੍ਰੇਨ ਜਿਹੜਾ ਉਹ ਠੀਕ ਠਾਕ ਹੈ, ਸਾਈਕੈਟ੍ਰਿਕ ਡਿਸਆਰਡਰ। ਫਿਰ ਇੱਕ ਹੁੰਦੇ ਸਾਈਕੋਲੋਜੀਕਲ ਡਿਸਆਰਡਰਸ, ਉਹਨਾਂ ਦੇ ਵਿੱਚ ਸਾਈਕੋਲੋਜੀਕਲੀ ਇਮੋਸ਼ਨਲ ਜਾਂ ਬਿਲੀਫ ਸਿਸਟਮਸ ਦੇ ਵਿੱਚ ਫਰਕ ਪੈ ਜਾਂਦਾ, ਥਿੰਕਿੰਗ ਜਾਂ ਇਮੋਸ਼ਨਸ ਦੇ ਵਿੱਚ ਫਰਕ ਪੈ ਜਾਂਦਾ, ਉਹਨਾਂ ਦੇ ਵਿੱਚ ਹਾਲੇ ਸਾਈਕੈਟ੍ਰਿਕ ਡਿਸਆਰਡਰ ਨਹੀਂ ਡਿਵੈਲਪ ਹੋਇਆ ਹੁੰਦਾ, ਉਹ ਸਿਰਫ ਸਾਈਕੋਲੋਜੀਕਲ ਲੈਵਲ 'ਤੇ ਹੀ ਠੀਕ ਹੋ ਜਾਂਦੇ ਆ, ਉਹਨਾਂ ਨੂੰ ਅਸੀਂ ਕਾਉਂਸਲਿੰਗ ਨਾਲ ਹੀ ਥੈਰੇਪੀਜ਼ ਨਾਲ ਠੀਕ ਕਰ ਲੈਂਦੇ ਹਾਂ। ਇੱਕ ਹੁੰਦੇ ਹੈਗੇ ਪਰਸਨੈਲਿਟੀ ਡਿਸਆਰਡਰਸ, ਪਰਸਨੈਲਿਟੀ ਡਿਸਆਰਡਰਸ ਉਹ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ 7 ਸਾਲ 8 ਸਾਲ 10 ਸਾਲ ਦੀ ਉਮਰ ਤੋਂ ਹੀ ਸਟਾਰਟ ਹੋ ਜਾਂਦੀਆਂ ਐਂਡ ਸਾਡੇ ਪਰਸਨੈਲਿਟੀ ਦਾ ਹਿੱਸਾ ਬਣ ਜਾਂਦੀਆਂ। ਹੁਣ ਚਾਰਾਂ ਦਾ ਟ੍ਰੀਟਮੈਂਟ ਫਰਕ ਫਰਕ ਹੈ। ਜੇ ਆਪਾਂ ਸਾਈਕੋਲੋਜੀਕਲ ਪਰਸਨੈਲਿਟੀ ਡਿਸਆਰਡਰ ਸੋਚੀਏ, ਉਹਨਾਂ ਦਾ ਟ੍ਰੀਟਮੈਂਟ, ਉਹਨਾਂ ਦੀ ਤਰੀਕਾ, ਉਹਨਾਂ ਦੀਆਂ ਥੈਰੇਪੀਜ਼, ਸਭ ਕੁਝ ਫਰਕ ਹੈ। ਉਹਨਾਂ ਦੇ ਵਿੱਚ ਸ਼ੁਰੂ ਤੋਂ ਪਰਸਨੈਲਿਟੀ ਇਸ ਤਰ੍ਹਾਂ ਦੀ ਬਣੀ ਹੁੰਦੀ ਹੈ ਕਿ ਇੱਕ ਦੂਸਰੇ ਨਾਲ ਬਾਉਂਡਰੀਜ਼ ਨਾ ਮੇਨਟੇਨ ਕਰਕੇ ਰੱਖ ਸਕਣੀਆਂ, ਆਪਣੇ ਅਤੇ ਕਿਸੇ ਦੇ ਵਿਚਕਾਰ ਕਿਸੇ ਵੇਲੇ ਬਿਲਕੁਲ ਕ੍ਰੋਸ ਕਰ ਜਾਣਾ, ਕਿਸੇ ਵੇਲੇ ਉਹਨੂੰ ਬਹੁਤ ਜ਼ਿਆਦਾ ਉੱਪਰ ਚੜ੍ਹਾ ਲੈਣਾ, ਕਈ ਵਾਰੀ ਉਹਨੂੰ ਥੱਲੇ, ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਪਰਸਨੈਲਿਟੀ ਡਿਸਆਰਡਰ ਹੈ। ਕਈ ਤਰ੍ਹਾਂ ਦੀਆਂ ਪਰਸਨੈਲਿਟੀਜ਼ ਹੁੰਦੀਆਂ, ਉਹ ਫਿਰ ਡਿਟੇਲ 'ਚ ਆਪਾਂ ਨੂੰ ਕਰਨ ਦੀ ਲੋੜ ਹੈ ਕਿ ਕਿਹੜੀਆਂ ਹੁੰਦੀਆਂ। ਫਿਰ ਇਹ ਪਰਸਨੈਲਿਟੀ ਡਿਸਆਰਡਰ ਜਦੋਂ ਚੱਲਦੀਆਂ ਰਹਿੰਦੀਆਂ ਤਾਂ ਕਈ ਵਾਰੀ ਫਿਰ ਬਾਅਦ 'ਚ ਸਾਈਕੋਲੋਜੀਕਲ ਡਿਸਆਰਡਰਸ ਡਿਵੈਲਪ ਹੋ ਜਾਂਦੇ ਆ। ਸਾਈਕੋਲੋਜੀਕਲ ਜਿਹੜੇ ਡਿਸਆਰਡਰ ਡਿਵੈਲਪ ਹੁੰਦੇ ਨੇ ਉਹਦੇ ਵਿੱਚ ਬੜੇ ਕਾਰਨ ਹੁੰਦੇ ਆ ਕਿ ਘਰ ਦਾ ਮਾਹੌਲ ਕਿਹੋ ਜਿਹਾ ਹੈ, ਜੀਨਸ ਕਿਹੋ ਜਿਹੇ ਹੈ, ਸਾਡੇ ਸਟ੍ਰੈਸ ਮੈਨੇਜਮੈਂਟ ਕਿਹੋ ਜਿਹੀ ਹੈ। ਪਰ ਜਿਹੜੀ ਸਭ ਤੋਂ ਜ਼ਿਆਦਾ ਸਾਈਕੋਲੋਜੀਕਲ ਡਿਸਆਰਡਰਸ ਡਿਵੈਲਪ ਹੁੰਦੇ ਆ ਉਹਨਾਂ ਦੇ ਪਿੱਛੇ ਹੁੰਦਾ ਕਿ ਸਾਨੂੰ ਲਾਈਫ ਸਕਿੱਲਸ ਨਹੀਂ ਆਉਂਦੀਆਂ ਹੁੰਦੀਆਂ। ਲਾਈਫ ਸਕਿੱਲਸ ਉਹ ਚੀਜ਼ ਹੈ ਜਿਹੜੀਆਂ ਕਿ ਸਾਨੂੰ ਸਿੱਖਣੀਆਂ ਚਾਹੀਦੀਆਂ ਬਿਫੋਰ ਦਾ ਏਜ ਆਫ 13-14 ਈਅਰਸ ਤੋਂ ਪਹਿਲਾਂ ਪਹਿਲਾਂ ਅਸੀਂ ਜੇ ਬੱਚਿਆਂ ਨੂੰ ਲਾਈਫ ਸਕਿੱਲ ਸਿਖਾ ਦਈਏ ਨਾ ਤਾਂ ਫਿਰ ਉਹਨਾਂ ਨੂੰ ਵੱਡੇ ਹੋ ਕੇ ਸਾਈਕੋਲੋਜੀਕਲ ਡਿਸਆਰਡਰਸ ਨਹੀਂ ਹੁੰਦੀਆਂ। ਬਟ ਕਿਉਂਕਿ ਅਸੀਂ 13-14 ਸਾਲ ਤੱਕ ਸਾਨੂੰ ਅਵੇਅਰਨੈਸ ਹੀ ਨਹੀਂ ਹੁੰਦੀ ਅਤੇ ਨਾ ਸਾਨੂੰ ਪਤਾ ਕਿ ਲਾਈਫ ਸਕਿੱਲਸ ਕਿੰਨੀਆਂ ਇੰਪੋਰਟੈਂਟ ਹੈ, ਇਸ ਕਰਕੇ ਅਸੀਂ ਉਹਨਾਂ 'ਤੇ ਬਹੁਤਾ ਧਿਆਨ ਨਹੀਂ ਦਿੰਦੇ ਅਤੇ ਇਸ ਕਰਕੇ ਸਾਈਕੋਲੋਜੀਕਲ ਡਿਸਆਰਡਰਸ ਆ ਜਾਂਦੇ ਆ। ਹੁਣ ਜਦੋਂ ਸਾਈਕੋਲੋਜੀਕਲ ਡਿਸਆਰਡਰਸ ਆਉਂਦੇ ਆ ਫਿਰ ਉਹਦੇ ਰਿਲੇਸ਼ਨਸ਼ਿਪ ਖਰਾਬ ਹੁੰਦੇ ਆ, ਬੰਦੇ ਨੂੰ ਸਟ੍ਰੈਸ ਮੈਨੇਜ ਕਰਨਾ ਨਹੀਂ ਆਉਂਦਾ, ਜ਼ਿੰਮੇਵਾਰੀਆਂ ਨਹੀਂ ਲੈਣੀਆਂ ਆਉਂਦੀਆਂ ਕਿ ਅਸੀਂ ਸ਼ੁਰੂ ਤੋਂ ਜ਼ਿੰਮੇਵਾਰੀਆਂ ਦਿੱਤੀਆਂ ਹੀ ਨਹੀਂ ਹੁੰਦੀਆਂ। ਹੁਣ ਲਾਈਫ ਸਕਿੱਲ ਦੇ ਵਿੱਚ ਇਹ ਸਿਖਾਇਆ ਜਾਂਦਾ ਹੈ ਕਿ ਜ਼ਿੰਮੇਵਾਰੀਆਂ ਲੈਣ ਦਾ ਕੀ ਤਰੀਕਾ ਹੈ, ਆਪਣੀਆਂ ਛੋਟੇ ਛੋਟੀਆਂ ਜ਼ਿੰਮੇਵਾਰੀਆਂ ਲੈ ਸਕਣੀਆਂ। ਹੁਣ ਜਦੋਂ ਅਸੀਂ ਲਾਈਫ ਸਕਿੱਲ ਸਿਖਾਉਂਦੇ ਹਾਂ ਨਾ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਸਾਈਕੋਲੋਜੀਕਲ ਪ੍ਰੋਬਲਮਸ ਘੱਟ ਜਾਂਦੀਆਂ। ਫਿਰ ਜਦੋਂ ਅਸੀਂ ਸਾਈਕੋਲੋਜੀਕਲ ਪ੍ਰੋਬਲਮ ਨੂੰ ਠੀਕ ਤਰ੍ਹਾਂ ਡੀਲ ਨਹੀਂ ਕਰਦੇ, ਅਸੀਂ ਹੋਰ ਡਿਲੇ ਕਰੀ ਜਾਂਦੇ ਹਾਂ, ਅਸੀਂ ਆਪਣੇ ਹੀ ਮਤਲਬ ਤੀਰ ਤੁੱਕੇ ਵਰਤੀ ਜਾਂਦੇ ਹਾਂ, ਫਿਰ ਇੱਕ ਦਿਨ ਆਉਂਦਾ ਕਿ ਇਹ ਸਾਈਕੈਟ੍ਰਿਕ ਡਿਸਆਰਡਰਸ ਵਿੱਚ ਡਿਵੈਲਪ ਹੋ ਜਾਂਦੀਆਂ। ਫਿਰ ਸਾਈਕੈਟ੍ਰਿਕ ਡਿਸਆਰਡਰਸ ਦੇ ਵਿੱਚ ਕਾਉਂਸਲਿੰਗ, ਥੈਰੇਪੀਜ਼ ਵੱਖਰੀਆਂ ਹੁੰਦੀਆਂ ਅਤੇ ਇਹਨਾਂ ਦੇ ਵਿੱਚ ਫਿਰ ਟ੍ਰੀਟਮੈਂਟ ਦਾ ਤਰੀਕਾ ਅਤੇ ਸਾਨੂੰ ਮੈਡੀਕੇਸ਼ਨ ਦੀ ਯੂਜ਼ ਵੀ ਕਰਨਾ ਪੈਂਦਾ। ਫਿਰ ਉਸ ਤੋਂ ਬਾਅਦ ਵੀ ਜੇ ਅਸੀਂ ਇੱਥੇ ਵੀ ਪੂਰਾ ਧਿਆਨ ਨਾਲ ਕੰਮ ਨਾ ਕਰੀਏ ਤਾਂ ਅਲਟੀਮੇਟਲੀ ਇਹ ਫਿਰ ਬ੍ਰੇਨ ਡਿਸਆਰਡਰਸ ਬਣ ਜਾਂਦੇ ਆ। ਇਸੇ ਕਰਕੇ ਬਹੁਤ ਸਾਰੇ ਲੋਕ ਜਦੋਂ ਅਸੀਂ ਚਾਹੁੰਦੇ ਹਾਂ ਕਿ ਮੈਡੀਕੇਸ਼ਨ ਦਿੱਤੀ ਜਾਏ, ਕਾਉਂਸਲਿੰਗ ਦਿੱਤੀ ਜਾਏ, ਉਦੋਂ ਨਹੀਂ ਯੂਜ਼, ਮਤਲਬ ਡਿਲੇ ਕਰ ਦਿੰਦੇ ਹਾਂ। ਜਿਹੜਾ ਅਸੀਂ ਡਿਲੇ ਕਰ ਦਿੰਦੇ ਹਾਂ ਉਹਦੇ ਨਾਲ ਇਹ ਹੈ ਕਿ ਅਗਲੀ ਸਟੇਜ ਆ ਜਾਂਦੀ ਹੈ। ਹੁਣ ਜਦੋਂ ਬ੍ਰੇਨ 'ਤੇ ਆ ਗਿਆ ਤਾਂ ਫਿਰ ਟ੍ਰੀਟਮੈਂਟ ਹੋਰ ਹੋ ਗਿਆ। ਹੁਣ ਜਿਹੜੀ ਐਡਿਕਸ਼ਨ ਹੈ ਇਹ ਬ੍ਰੇਨ ਡਿਸਆਰਡਰ ਹੈ, OCD ਇਜ਼ ਏ ਬ੍ਰੇਨ ਡਿਸਆਰਡਰ। ਜਿਹੜੀ ਬਹੁਤ ਹੀ ਜ਼ਿਆਦਾ ਡਿਪਰੈਸ਼ਨ ਹੁੰਦੀ ਹੈ ਇਹ ਵੀ ਇੱਕ ਬ੍ਰੇਨ ਡਿਸਆਰਡਰ ਹੈ। ਬਾਈਪੋਲਰ ਬ੍ਰੇਨ ਡਿਸਆਰਡਰ ਹੈ। ਇਸ ਤਰ੍ਹਾਂ ਹੀ ਕੁਝ ਸਾਈਕੈਟ੍ਰਿਕ ਡਿਸਆਰਡਰਸ ਹੈ। ਸਾਰੀਆਂ ਚੀਜ਼ਾਂ ਦੇ ਵਿਚਕਾਰ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਜਿਹੜੇ ਕਿ ਬਾਬਿਆਂ ਦੇ ਕੋਲ ਜਾਂ ਕੁਛ ਹੈ, ਉਹ ਇੱਕ ਬੜਾ ਕਰੂਡ ਮੈਥਡ ਹੈ ਕਿ ਇਨਸਾਨ ਕਿਸੇ ਵੀ ਅੰਦਰ ਦੀ ਇਮੋਸ਼ਨਸ ਨੂੰ ਨਾ ਸਮਝਦਾ ਹੋਇਆ ਉਹਦੇ ਔਰਗਨ ਦੇ ਥਰੂ ਉਹ ਜਿਹੜੇ ਸਿਮਟਮਸ ਆਉਣੇ ਸ਼ੁਰੂ ਹੋ ਜਾਂਦੇ ਆ। ਹੁਣ ਤੁਹਾਨੂੰ ਮੈਂ ਛੋਟੀ ਜਿਹੀ ਗੱਲ ਇੱਕ ਸਮਝਾਉਣਾ ਕਿ ਇੱਕ ਇਨਸਾਨ ਨੂੰ ਖਾਰਿਸ਼ ਹੋ ਜਾਂਦੀ ਹੈ। ਹੁਣ ਉਹਨੂੰ ਖਾਰਿਸ਼ ਇਸ ਕਰਕੇ ਨਹੀਂ ਹੁੰਦੀ ਪਈ ਕਿ ਉਹਦੇ ਸਰੀਰ 'ਤੇ ਖਾਰਿਸ਼ ਹੈਗੀ ਹੈ, ਉਹਨੂੰ ਖਾਰਿਸ਼ ਇਸ ਕਰਕੇ ਹੁੰਦੀ ਪਈ ਹੈ ਕਿਉਂਕਿ ਉਹਦੇ ਬ੍ਰੇਨ ਦੇ ਵਿੱਚ ਇੱਕ ਬੇਚੈਨੀ ਪੈਦਾ ਹੁੰਦੀ ਹੈ। ਉਹ ਬੇਚੈਨੀ ਜਿਹੜੀ ਹੈ ਕਿਉਂਕਿ ਆਪਾਂ ਉਹਨੂੰ ਸੋਲਵ ਨਹੀਂ ਕਰਦੇ, ਉਹਨੂੰ ਧਿਆਨ ਨਹੀਂ ਦਿੰਦੇ,
ਉਹ ਫਿਰ ਕਿਸੇ ਨਾ ਕਿਸੇ ਸਰੀਰ ਦੇ ਅੰਗ ਦੇ ਥਰੂ ਬਾਹਰ ਆਉਂਦੀ ਹੈ ਐਂਡ ਉਹ ਖਾਰਿਸ਼ ਦੇ ਥਰੂ ਬਾਹਰ ਆਉਂਦੀ ਹੈ। ਇਹਦਾ ਮਤਲਬ ਹੈ ਕਿ ਉਹਨੂੰ ਖਾਰਿਸ਼ ਨੂੰ ਠੀਕ ਨਹੀਂ ਕਰਨਾ, ਐਡਰੈਸ ਕਰਨਾ, ਐਡਰੈਸ ਕਿਹਨੂੰ ਕਰਨਾ? ਬੇਚੈਨੀ ਨੂੰ। ਇਸ ਤਰ੍ਹਾਂ ਹੀ ਕਿਸੇ ਦਾ ਪੇਟ ਖਰਾਬ ਰਹਿਣ ਲੱਗ ਪੈਂਦਾ, ਕਦੀ ਉਹਨੂੰ ਲੂਜ਼ ਮੋਸ਼ਨ ਲੱਗ ਜਾਂਦੇ, ਕਦੀ ਉਹਨੂੰ ਕੌਂਸਟੀਪੇਸ਼ਨ ਹੋ ਜਾਂਦੀ ਹੈ, ਕਦੀ ਉਹਨੂੰ ਮਤਲਬ ਤਸੱਲੀ ਨਹੀਂ ਹੁੰਦੀ ਕਿ ਮੈਂ ਜਾ ਕੇ ਆਇਆ ਅਤੇ ਪੇਟ ਹੌਲਾ ਨਹੀਂ ਹੋਇਆ। ਹਰ ਚੀਜ਼ ਖਾਣ ਤੋਂ ਬਾਅਦ ਉਹਨੂੰ ਲੱਗਦਾ ਕਲੇਜਾ ਡਿੱਕ ਹੋ ਗਿਆ। ਇਹ ਤਾਂ ਹੋਇਆ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਬੇਚੈਨੀ ਹੋਈ ਸੀ, ਉਹ ਬੇਚੈਨੀ ਨੂੰ ਆਪਾਂ ਐਡਰੈਸ ਨਹੀਂ ਕੀਤਾ ਅਤੇ ਉਸ ਬੇਚੈਨੀ ਫਿਰ ਜਿਹੜੀ ਹੈ ਉਹ ਸਾਡੇ GIT ਸਿਮਟਮਸ ਦੇ ਥਰੂ ਬਾਹਰ ਆ ਰਹੀ ਹੈ। ਇਸ ਤਰ੍ਹਾਂ ਜਿਹੜੀ ਚੀਜ਼ ਨੂੰ ਅਸੀਂ ਧਿਆਨ ਨਾਲ ਐਡਰੈਸ ਨਹੀਂ ਕਰਾਂਗੇ ਨਾ, ਉਹ ਫਿਰ ਕਿਸੇ ਨਾ ਕਿਸੇ ਸਰੀਰਕ ਅੰਗ ਦੇ ਥਰੂ ਬਾਹਰ ਆਏਗੀ। ਇਸ ਤਰ੍ਹਾਂ ਹੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਨਵਰਜਨ ਰਿਐਕਸ਼ਨ, ਅਸੀਂ ਕਹਿੰਦੇ ਹਾਂ ਕਨਵਰਜਨ ਦਾ ਮਤਲਬ ਹੁੰਦਾ ਹੈਗਾ ਬ੍ਰੇਨ ਦੀ ਪ੍ਰੋਬਲਮ ਹੈ, ਹੈਗੀ ਸਾਈਕੋਲੋਜੀਕਲ ਪ੍ਰੋਬਲਮ ਹੈ, ਹੈ ਇਮੋਸ਼ਨਲ ਪ੍ਰੋਬਲਮ ਹੈ, ਕਿਉਂਕਿ ਅਸੀਂ ਇਮੋਸ਼ਨਸ ਦੇ ਉੱਪਰ ਡੱਕਾ ਲਾਇਆ ਹੋਇਆ, ਉਹਦੀ ਅਸੀਂ ਉਹਦੇ ਬਾਰੇ ਗੱਲ ਨਹੀਂ ਕਰਦੇ, ਨਾ ਸਾਨੂੰ ਉਹਦੀ ਸਮਝਾਉਣੀ ਆਉਂਦੀ ਹੈ ਅਤੇ ਨਾ ਕਿਸੇ ਨੂੰ ਉਹਦੇ ਬਾਰੇ ਸੁਣਨਾ ਆਉਂਦਾ। ਉਹ ਫਿਰ ਫਿਜ਼ੀਕਲ ਸਿਮਟਮਸ ਦੇ ਥਰੂ ਜਿਹੜੇ ਦੌਰੇ ਪੈਣੇ ਸ਼ੁਰੂ ਹੋ ਗਏ ਜਾਂ ਕੋਈ ਲੱਤ 'ਚ ਦਰਦ ਆਉਣੀ ਸ਼ੁਰੂ ਹੋ ਗਈ ਜਾਂ ਗੋਡੇ 'ਚ ਦਰਦ ਆ ਰਹੀ ਹੈ ਜਾਂ ਕਿਸੇ ਛਾਤੀ 'ਚ ਦਰਦ ਹੋ ਰਹੀ ਹੈ ਜਾਂ ਪੈਨਿਕ ਡਿਸਆਰਡਰ ਹੈ, ਹੁਣ ਅਸੀਂ ਹਾਰਟ ਪੈਨਿਕ ਡਿਸਆਰਡਰ ਦੇ ਵਿੱਚ ਹਾਰਟ ਨੂੰ ਨਹੀਂ ਟਰੀਟ ਕਰਦੇ, ਅਸੀਂ ਬਲੱਡ ਪ੍ਰੈਸ਼ਰ ਨੂੰ ਨਹੀਂ ਟਰੀਟ ਕਰਦੇ, ਅਸੀਂ ਕਿਹਨੂੰ ਟਰੀਟ ਕਰਦੇ ਹਾਂ? ਦਿਮਾਗ ਦੀ ਬੇਚੈਨੀ ਨੂੰ। ਹੁਣ ਜਿਹੜੀ ਚੀਜ਼ ਨੂੰ ਅਸੀਂ ਐਡਰੈਸ ਨਹੀਂ ਕਰਾਂਗੇ ਉਹ ਫਿਰ ਕਿਸੇ ਨਾ ਕਿਸੇ ਤਰੀਕੇ ਆਪਣਾ ਦਿਖਾਏਗੀ, ਰੂਪ ਦਿਖਾਏਗੀ। ਹੁਣ ਹੁੰਦਾ ਕੀ ਹੈ ਕਿ ਜਿਹੜੇ ਔਰਗਨਸ ਨੂੰ, ਜਿਹੜੇ ਔਰਗਨ ਕੁਛ ਕਹਿੰਦੇ ਪਏ ਆ ਨਾ ਵੀ ਮੈਨੂੰ ਇਹ ਤਕਲੀਫ ਹੈ, ਇਹਦਾ ਮਤਲਬ ਇਹ ਦੇਖਣ ਦੀ ਲੋੜ ਹੈ ਕਿ ਔਰਗਨ ਦੇ ਵਿੱਚ ਡਿਫੈਕਟ ਹੈ ਕਿ ਤਕਲੀਫ ਕਿਤੇ ਉੱਪਰ ਹੈ, ਅਤੇ ਉੱਪਰ ਦੀ ਤਕਲੀਫ ਜਿਹੜੀ ਆ ਉਹ ਔਰਗਨ ਦੇ ਵਿੱਚ ਆਈ ਹੈ। ਜਦੋਂ ਅਸੀਂ ਟੈਸਟ ਕਰਦੇ ਹਾਂ, ਸਿਮਟਮ ਦੇਖਦੇ ਹਾਂ, ਤੁਸੀਂ ਕਈ ਤਰ੍ਹਾਂ ਦੇ MRI ਸਕੈਨ ਸਾਰਾ ਕੁਛ ਕਰ ਲੈਂਦੇ ਹੋ, ਫਿਰ ਉਹ 'ਚ ਕੁਛ ਨਹੀਂ ਆਉਂਦਾ ਅਤੇ ਆਮ ਡਾਕਟਰ ਕਹਿੰਦੇ ਆ ਵੀ ਕੁਛ ਨਹੀਂ ਹੋਇਆ, ਇਹਨੂੰ ਕੁਛ ਨਹੀਂ ਹੈਗਾ। ਉਹ ਕੁਛ ਨਹੀਂ ਨਹੀਂ ਹੈਗਾ, ਉਹ ਹੈਗਾ ਹੈ, ਪਰ ਇਹ ਹੈ ਕਿ ਵੀ ਉੱਪਰ ਦੀ ਖੇਡ ਹੈ ਜਿਹੜੀ ਥੱਲੇ ਨਿਕਲ ਰਹੀ ਹੈ। ਹੁਣ ਜੇ ਕਿਸੇ ਨੂੰ ਮਹਿਸੂਸ ਹੁੰਦਾ ਮੈਨੂੰ ਦੱਬਾ ਪੈਂਦਾ, ਜਾਂ ਕਿਸੇ ਨੂੰ ਮਹਿਸੂਸ ਹੁੰਦਾ ਕਿ ਮੇਰੇ ਉੱਪਰ ਕੋਈ ਚੀਜ਼ ਹਾਵੀ ਹੋ ਜਾਂਦੀ ਹੈ, ਜਾਂ ਕਿਸੇ ਨੂੰ ਮਹਿਸੂਸ ਹੁੰਦਾ ਕਿ ਮੇਰੇ ਉੱਪਰ ਉਹ ਕਿਸੇ ਨੇ ਕੰਟਰੋਲ ਕੀਤਾ ਹੋਇਆ, ਕੋਈ ਬਾਹਰਲੀ ਚੀਜ਼ ਨੇ ਕੰਟਰੋਲ ਕੀਤਾ, ਇਹਦਾ ਮਤਲਬ ਕੀ ਹੈ ਕਿ ਉਹਦੇ ਇਮੋਸ਼ਨਸ ਨਹੀਂ ਸਮਝੇ ਗਏ, ਉਹਦੀ ਥਿੰਕਿੰਗ ਪ੍ਰੋਸੈਸ ਉਹਨੇ ਘੁੱਟ ਕੇ ਰੱਖੀ ਸੀ, ਜਿਹੜੀਆਂ ਚੀਜ਼ਾਂ ਨੂੰ ਉਹਨੇ ਘੁੱਟ ਕੇ ਰੱਖਿਆ ਸੀਗਾ ਉਹ ਫਿਰ ਕਿਸੇ ਨਾ ਕਿਸੇ ਹੁੰਦਾ ਨਹੀਂ ਹੈ। ਤੁਸੀਂ ਦੇਖੋ ਕਿ ਦਿਨ ਵੇਲੇ ਜਿਹੜੇ ਆਪਾਂ ਕੰਮ ਸੋਚਦੇ ਹਾਂ ਜਾਂ ਜਿਹੜੇ ਕੰਮ ਰਹਿ ਜਾਂਦੇ ਆ ਜਾਂ ਬਾਡੀ ਦੀ ਜੋ ਡਿਮਾਂਡਸ ਹੁੰਦੀਆਂ ਜੇ ਆਪਾਂ ਨਹੀਂ ਪੂਰੀਆਂ ਕਰਦੇ, ਉਹ ਰਾਤ ਸਾਰੀ ਸੁਪਨੇ ਦੇ ਵਿੱਚ ਉਹ ਰੀਲ ਘੁੰਮ ਜਾਂਦੀ ਹੈ, ਐਂਡ ਸੁਪਨੇ ਬਿਲਕੁਲ ਉਹੀ ਆਉਂਦੇ ਆ ਜੋ ਸਾਡੀ ਕਿਤੇ ਨਾ ਕਿਤੇ ਅਸੀਂ ਜਿਹੜੀ ਚੀਜ਼ਾਂ ਨੂੰ ਡੱਕ ਕੇ ਰੱਖਿਆ ਹੁੰਦਾ ਜਾਂ ਜਿਹੜੀਆਂ ਚੀਜ਼ਾਂ ਪਿੱਛੇ ਅਸੀਂ ਸ਼ਰਮਸਾਰ ਹੁੰਦੇ ਹਾਂ ਜਾਂ ਸਾਨੂੰ ਲੱਗਦਾ ਕਿਤੇ ਸਾਡੇ ਕੋਲ ਹੋ ਨਾ ਜਾਣ, ਉਹ ਸੁਪਨੇ 'ਚ ਹੋਣੀਆਂ ਸ਼ੁਰੂ ਹੋ ਜਾਂਦੀਆਂ, ਜਿਸ ਕਰਕੇ ਇਨਸਾਨ ਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਐਂਡ ਜਦੋਂ ਬੰਦਾ ਉੱਠਦਾ ਬੜਾ ਸਾਹ ਲੈਂਦਾ, ਯਾਰ ਅੱਛਾ ਇਹ ਸੁਪਨਾ ਸੀਗਾ, ਅਸਲੀ 'ਚ ਤਾਂ ਨਹੀਂ ਕਿਤੇ ਹੋ ਗਿਆ। ਸੋ ਇਹ ਸਾਰੀਆਂ ਚੀਜ਼ਾਂ ਨਾ ਡਿਫਰੈਂਟ ਡਿਫਰੈਂਟ ਆ ਰਹੇ ਆ, ਪਰ ਉਹ ਹੈ ਕਿ ਜਦੋਂ ਅਸੀਂ ਸਰੀਰ ਨੂੰ ਤਸੀਹੇ ਦਿੰਦੇ ਹਾਂ ਜਾਂ ਕਿਸੇ ਤਰ੍ਹਾਂ ਦੀ ਉਹਦੀ ਇਨਸਲਟ ਕਰਦੇ ਹਾਂ ਅਤੇ ਉਹ ਥੋੜ੍ਹੀ ਦੇਰ ਵਾਸਤੇ ਜਿਹੜਾ ਉਹ ਸਰੀਰ ਤੋਂ ਧਿਆਨ ਹਟ ਕੇ ਅਤੇ ਉਹ ਦੂਜੀ ਚੀਜ਼ 'ਤੇ ਚੱਲ ਜਾਂਦਾ ਅਤੇ ਫਿਰ ਅੰਦਰ ਬਿਮਾਰ ਦਾ ਬਿਮਾਰ ਦਿਮਾਗ ਰਹਿ ਜਾਂਦਾ, ਉਹ ਫਿਰ ਵੂੰਡ ਜਿਹੜੇ ਪਏ ਰਹਿੰਦੇ ਉਹ ਸਾਰੀ ਉਮਰ ਪਰਸਿਸਟ ਕਰਦੇ ਆ, ਉਹ ਫਿਰ ਜਿਹੜੀਆਂ ਸੱਟਾਂ, ਉਹ ਜਿਹੜੇ ਟਰੋਮੇ, ਉਹ ਜਿਹੜੀ ਟੌਕਸਿਕ ਥੀਮ, ਉਹ ਸਾਰੀ ਉਮਰ ਸਫ਼ਰ ਕਰਦੀ ਰਹਿੰਦੀ ਹੈ, ਜਿਹਦਾ ਰਿਜ਼ਲਟ ਫਿਰ ਅਲਟੀਮੇਟਲੀ ਕੀ ਹੁੰਦਾ ਕਿ ਉਹ ਇਨਸਾਨ ਜਾਂ ਤਾਂ ਆਪਣੇ ਆਪ ਨੂੰ ਕੁਛ ਕਰ ਲੈਂਦਾ ਜਾਂ ਕਿਸੇ ਵੇਲੇ ਜਾਂ ਕੋਈ ਸੈਲਫ ਮੈਡੀਕੇਸ਼ਨ ਜਾਂ ਕਿਸੇ ਚੀਜ਼ ਦਾ ਅਡਿਕਟ ਬਣ ਜਾਂਦਾ, ਮਤਲਬ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਰਿਜ਼ਲਟ ਫਿਰ ਚੰਗੇ ਨਹੀਂ ਨਿਕਲਦੇ। ਕਈ ਵਾਰੀ ਹੁੰਦਾ ਕਿ ਤੁਸੀਂ ਇੰਨਾ ਜ਼ਿਆਦਾ ਕਿਸੇ ਚੀਜ਼ 'ਚ ਓਬਸੈਸਡ ਹੋ ਜਾਂਦੇ ਹੋ ਆਪਣੇ ਬਾਡੀ ਦੇ ਵਿੱਚ ਕਿ ਤੁਹਾਨੂੰ ਬਾਕੀ ਤੁਹਾਡੀ ਜ਼ਿੰਦਗੀ ਸਾਰੀ ਰੋਕੀ ਜਾਂਦੀ ਹੈ, ਐਂਡ ਤੁਸੀਂ ਸਾਰਾ ਦਿਨ ਉਸੇ ਚੀਜ਼ ਦੇ ਉੱਪਰ ਹੀ ਆਪਣਾ ਧਿਆਨ ਲਾਈ ਰੱਖਦੇ ਹੋ। ਇਹ ਸਾਰੀ ਤਾਂ ਖੇਡ ਹੈ ਜਿਹੜੀ ਤੁਸੀਂ ਦੱਸੀ ਹੈ। ਮੈਂ ਜਿਹੜੀ ਐਡਿਕਸ਼ਨ ਦੀ ਗੱਲ ਕਰਨ ਲੱਗਾ ਉਹਦੇ 'ਚ ਇੱਕ ਗੱਲ ਹੈ ਕਿ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਅਤੇ ਉਹ ਆ ਕੇ ਮੈਨੂੰ ਕਹਿੰਦਾ ਜੀ ਇਹਦੀ ਕਪੈਸਿਟੀ ਬੜੀ ਹੈ, ਕਪੈਸਿਟੀ ਬੜੀ ਵੱਧ ਗਈ ਹੈ। ਮੈਂ ਕਿਹਾ ਵੱਧ ਗਈ ਹੈ ਘੱਟ ਗਈ ਹੈ? ਕਹਿੰਦੇ ਨਹੀਂ ਵੱਧ ਗਈ ਹੈ। ਜਦੋਂ ਇੱਕ ਪੇਸ਼ੈਂਟ ਸਾਡੇ ਕੋਲ ਆ ਕੇ ਕਹਿੰਦਾ ਨਾ ਇਹਦੀ ਕਪੈਸਿਟੀ ਬੜੀ ਵੱਧ ਗਈ ਹੈ, ਅਸਲ 'ਚ ਉਹਦੀ ਕਪੈਸਿਟੀ ਘੱਟ ਗਈ ਹੁੰਦੀ ਹੈ। ਇਹਦਾ ਮਤਲਬ ਹੈ ਕਿ ਉਹਦਾ ਸਰੀਰ ਹੁਣ ਉਸ ਨਸ਼ੇ ਨੂੰ ਪਚਾ ਨਹੀਂ ਸਕਦਾ, ਅਤੇ ਉਹਦੀ ਕਪੈਸਿਟੀ ਘੱਟ ਗਈ ਕਿ ਵੱਧ ਗਈ? ਹੁਣ ਉਹ ਇੱਕ ਬੋਤਲ ਪਾਉਣ ਡਿਆ, ਉਹਦੀ ਕਪੈਸਿਟੀ ਤਾਂ ਘੱਟ ਗਈ, ਅੱਧੀ ਬੋਤਲ ਬਾਹਰ ਆਉਣ ਡਈ ਹੈ।
ਮਤਲਬ ਇਹ ਤੁਸੀਂ ਦੇਖੋ ਕਿ ਜਿਹੜਾ ਅਸੀਂ ਬਾਹਰ ਕਹਿੰਦੇ ਇਹਦੀ ਕਪੈਸਿਟੀ ਬੜੀ ਹੈ ਤਾਂ ਮਤਲਬ ਇਹਦੀ ਕਪੈਸਿਟੀ ਘੱਟ ਗਈ ਹੈ। ਜਿਹਦੀ ਕਪੈਸਿਟੀ ਵੱਧ ਹੁੰਦੀ ਹੈ ਨਾ ਅਸਲ 'ਚ, ਉਹ ਇੱਕ ਪੈਗ ਪੀ ਕੇ ਹੀ ਆਰਾਮ ਨਾਲ ਸੌਂ ਜਾਂਦਾ। ਐਂਡ ਜਿਹਦੀ ਕਪੈਸਿਟੀ ਘੱਟਦੀ ਜਾਂਦੀ ਹੈ ਉਹਨੂੰ 3 ਬੋਤਲਾਂ ਪੀਣੀਆਂ ਪੈਂਦੀਆਂ ਬੇਹੋਸ਼ ਹੋ ਕੇ ਡਿੱਗਣ ਵਾਸਤੇ, ਸੌਂਦਾ ਤਾਂ ਉਹ ਹੈ ਹੀ ਨਹੀਂ। ਸੋ ਸਾਰੀਆਂ ਚੀਜ਼ਾਂ ਨਾ ਕਿਤੇ ਸਾਡੇ ਨਾਲ ਗਲਤ ਜੁੜੀਆਂ ਹੋਈਆਂ, ਜਿਹੜੀਆਂ ਅਸੀਂ ਸਮਝਣ ਦੀ ਲੋੜ ਹੈ। ਇਸ ਚੀਜ਼ ਦਾ ਵੀ ਲੋਕ ਜੰਕੀ ਪ੍ਰਾਈਡ ਕਰਦੇ, ਇਹਦੀ ਜੀ ਕਪੈਸਿਟੀ ਬੜੀ ਹੈ, ਇਹ 1.5 ਬੋਤਲ ਪੀ ਲਈ ਇਹਨੂੰ ਕੁਛ ਨਹੀਂ ਹੁੰਦਾ, ਇਹਦਾ ਮਤਲਬ ਹੈ ਵੀ ਇਹਦੀ ਹੁਣ ਖਤਮ ਹੋ ਗਿਆ ਕੰਮ। ਸੋ ਇੱਕ ਮੈਂ ਉਹ ਸੋਚਦਾ ਪਿਆ ਸੀਗਾ ਕਿ ਜਦੋਂ ਸਾਡਾ ਪੇਸ਼ੈਂਟ ਇਸ ਚੱਕਰ 'ਚ ਫਸਿਆ ਰਹਿੰਦਾ ਤਾਂ ਬਾਹਰ ਕਿਉਂ ਨਹੀਂ ਆਪਣਾ ਇਲਾਜ ਕਰਾਉਂਦਾ। ਉਹਦਾ ਇੱਕ ਕਾਰਨ ਇਹ ਹੈ ਕਿ ਜਦੋਂ ਸਾਡਾ ਪੇਸ਼ੈਂਟ ਕਰ ਰਿਹਾ ਹੁੰਦਾ ਨਾ ਅਤੇ ਨਸ਼ਾ ਉਹਨੂੰ ਨਹੀਂ ਪਚ ਰਿਹਾ ਹੁੰਦਾ ਤਾਂ ਉਹਦੇ ਅੰਦਰ ਇੱਕ ਸਿਮਟਮ ਸੈੱਟ ਆਫ ਸਿਮਟਮਸ ਆ ਜਾਂਦੇ ਆ। ਉਹ ਚਿੜਚਿੜਾ ਰਹਿਣ ਲੱਗ ਪੈਂਦਾ, ਗੁੱਸੇ 'ਚ ਰਹਿੰਦਾ, ਇਰੀਟੇਟ ਕਰਦਾ, ਮਾਰਨ ਕੁੱਟਣ ਨੂੰ ਪੈਂਦਾ, ਗੁੱਸੇ 'ਚ ਹਰ ਵੇਲੇ ਕਿਸੇ ਦਾ ਕਸੂਰ ਕੱਢਦਾ, ਬਲੇਮ ਕਰਦਾ, ਇਹਨੇ ਮੇਰਾ ਵਿਗਾੜਿਆ, ਉਹਨੇ ਮੇਰਾ ਕੀਤਾ, ਇਹਨੇ ਮੇਰਾ ਕੀਤਾ। ਉਹਨੂੰ ਅੰਦਰ ਦਾ ਇੱਕ ਮਤਲਬ ਬਹੁਤ ਹੀ ਬੇਚੈਨੀ, ਬਹੁਤ ਜ਼ਿਆਦਾ ਬੜੀ ਗਲਤ ਤਰ੍ਹਾਂ ਦੀ ਬੇਚੈਨੀ ਹੁੰਦੀ ਹੈ। ਉਹ ਹਰ ਚੀਜ਼ ਉਹਨੂੰ ਚੰਗੀ ਨਹੀਂ ਲੱਗਦੀ, ਲੋਕਾਂ ਕੋਲੋਂ ਪੈਸੇ ਮੰਗਣੇ ਪੈਂਦੇ ਆ, ਪੁਲਿਸ ਕੇਸ ਬਣਦੇ ਆ, ਕਈ ਧਿਰ ਦੀਆਂ ਉਹੋ ਜਿਹੇ ਕੰਮ ਕਰਨੇ ਪੈਂਦੇ ਜਿਹੜਾ ਇਨਸਾਨ ਨਹੀਂ ਕਰ ਸਕਦਾ, ਪਰ ਉਹਦੀ ਮਜਬੂਰੀ ਬਣ ਜਾਂਦੀ ਹੈ ਉਹ ਸਾਰੇ ਕੰਮ ਕਰਨੇ। ਜਦੋਂ ਇਹ ਚੀਜ਼ਾਂ ਕਰਦਾ ਹੁੰਦਾ ਨਾ ਤਾਂ ਉਹਨੂੰ ਮਜ਼ਾ ਵੀ ਨਹੀਂ ਆ ਰਿਹਾ ਹੁੰਦਾ, ਮਤਲਬ ਜਦੋਂ ਮਜ਼ਾ ਨਹੀਂ ਆ ਰਿਹਾ ਉਹਨੂੰ ਕਹਿੰਦੇ ਬਦਮਜ਼ਗੀ। ਜਦੋਂ ਬਦਮਜ਼ਗੀ ਹੁੰਦੀ ਹੈ ਨਾ ਤਾਂ ਉਹ ਪੇਸ਼ੈਂਟ ਕਹਿੰਦਾ ਕਿ ਮੈਂ ਨਸ਼ਾ ਛੱਡਣਾ। ਹੁਣ ਬਦਮਜ਼ਗੀ ਅਤੇ ਇਹ ਸਾਰੇ ਕਾਰਨਾਂ ਕਰਕੇ ਬੰਦੇ ਨੇ ਨਸ਼ਾ ਛੱਡਿਆ ਹੁੰਦਾ, ਉਹਦੇ ਕਰਕੇ ਲੋਕ ਪੇਸ਼ੈਂਟ ਜਿਹੜੇ ਆ ਸਾਡੇ ਕੋਲ ਭਾਟੀਆ ਹੋਸਪਿਟਲ ਦੇ ਵਿੱਚ ਆਉਂਦੇ ਆ। ਅਸੀਂ ਜਦੋਂ ਇੱਥੇ ਪੇਸ਼ੈਂਟ ਆਉਂਦਾ ਨਾ ਤਾਂ ਉਹਦੇ ਅੰਦਰ ਦੇ ਟੌਕਸਿਨ ਰਿਮੂਵ ਕਰਦੇ ਹਾਂ, ਉਹਦੇ ਅੰਦਰ ਦੇ ਜ਼ਹਿਰੀਲੇ ਮਾਦੇ ਰਿਮੂਵ ਕਰਦੇ ਹਾਂ ਅਤੇ ਉਹਨੂੰ ਥੋੜ੍ਹਾ ਰਿਲੀਫ ਮਹਿਸੂਸ ਹੁੰਦਾ, ਉਹਨੂੰ ਥੋੜ੍ਹੀ ਜਿਹੀ ਚੈਨ ਆਉਂਦਾ, ਜਿਹੜਾ ਚੈਨ ਉਹਨੂੰ ਪਹਿਲਾਂ ਨਹੀਂ ਕਰ ਰਿਹਾ ਹੁੰਦਾ ਨਸ਼ਾ ਕਰਨ ਲੱਗਿਆਂ। ਅੱਛਾ, ਜਦੋਂ ਚੈਨ ਆਉਂਦਾ ਨਾ ਤਾਂ ਹੌਲੀ ਹੌਲੀ 6ਵੇਂ 7ਵੇਂ 8ਵੇਂ 9ਵੇਂ ਦਿਸ ਦਿਨ ਨਾ ਉਹਨੂੰ ਇਹ ਲੱਗਦਾ ਹੈਗਾ ਕਿ ਹੁਣ ਮੈਨੂੰ ਚੈਨ ਆ ਗਿਆ, ਅਤੇ ਇਹਦਾ ਮਤਲਬ ਹੈ ਕਿ ਬਈ ਹੁਣ ਮੈਂ ਆਪਣੀ ਵਿਲ ਪਾਵਰ ਯੂਜ਼ ਕਰਕੇ ਇਹ ਕਰ ਲੂੰਗਾ। ਪਰ ਜਿਹੜੇ ਲੋਕ ਇੱਥੇ ਫਿਰ ਛੁੱਟੀ ਲੈ ਕੇ ਜਾਂਦੇ ਆ ਨਾ, ਉਹਦੀ ਅਗਲੀ ਕਹਾਣੀ ਫਿਰ ਘਰ ਜਾ ਕੇ ਸ਼ੁਰੂ ਹੁੰਦੀ ਹੈ। ਘਰ ਜਾ ਕੇ ਉਹਦਾ ਦਿਲ ਨਹੀਂ ਲੱਗਦਾ, ਲੜਾਈਆਂ ਝਗੜੀਆਂ ਹੁੰਦੇ ਲਗੜੇ ਝਗੜੇ ਹੁੰਦੇ ਆ, ਉਹਨੂੰ ਖਾਲੀਪਨ ਮਹਿਸੂਸ ਹੁੰਦਾ, ਉਹ ਚਿੜਚਿੜਾ ਹੋ ਜਾਂਦਾ, ਉਹ ਵੱਢ ਵੱਢ ਕੇ ਖਾਂਦਾ, ਉਹ ਚਾਹੁੰਦਾ ਕਿ ਮੇਰੇ ਆਸ ਪਾਸ ਮੇਰੀ ਸੇਵਾ ਹੋਏ, ਮੈਂ ਦੇਖੋ ਨਸ਼ਾ ਛੱਡ ਕੇ ਆਇਆ, ਜਿਹੜਾ ਉਹ ਅਹਿਸਾਨ ਕਰਦਾ ਸਾਰਿਆਂ 'ਤੇ, ਉਹ ਸੋਚਦਾ ਕਿ ਸਾਰੇ ਮੇਰੀ ਰਿਸਪੈਕਟ ਕਰਨ, ਸਾਰੇ ਮੇਰੇ ਅੱਗੇ ਪਿੱਛੇ ਹੀ ਫਿਰਨ, ਸਾਰੀਆਂ ਮੇਰੀਆਂ ਗੱਲਾਂ ਮੰਨੀਆਂ ਜਾਣ ਜਿਹੜੀਆਂ ਕਿ ਨਹੀਂ ਮੰਨੀਆਂ ਜਾਂਦੀਆਂ। ਜਿਹੜੀ ਸਭ ਤੋਂ ਵੱਧ ਆਉਂਦੀ ਉਹਦੇ ਅੰਦਰ ਇੱਕ ਲੋਅ ਫੀਲਿੰਗ ਆ ਜਾਂਦੀ, ਡਿਪਰੈਸ਼ਨ ਫੀਲਿੰਗ ਆ ਜਾਂਦੀ ਹੈ। ਹੁਣ ਉਹ ਲੋਅ ਫੀਲਿੰਗ ਜਿਹੜੀ ਉਹ ਜਾਂਦੀ ਨਹੀਂ ਹੈ। ਅੱਛਾ, ਜਦੋਂ ਇਹ ਸਿਮਟਮਸ ਚੱਲਦੇ ਹੁੰਦੇ ਆ ਨਾ ਅਤੇ ਉਹਦੇ ਨਾਲ ਕੀ ਹੁੰਦਾ ਕਿ ਬੰਦਾ ਕਾਫੀ ਹੱਦ ਤੱਕ ਲੜਦਾ ਰਹਿੰਦਾ, ਜੂਝਦਾ ਰਹਿੰਦਾ, ਪਰ ਇੱਕ ਦਿਨ ਉਹ ਥੱਕ ਟੁੱਟ ਜਾਂਦਾ। ਜਦੋਂ ਥੱਕ ਟੁੱਟ ਜਾਂਦਾ ਨਾ ਅਤੇ ਫਿਰ ਉਹ ਦੁਬਾਰਾ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਕਿ ਉਹ ਕਦੇ ਵੱਸ ਨਹੀਂ ਚੱਲਦਾ, ਅਤੇ ਉਹ ਸੋਚਦਾ ਵੀ ਇਹਦੇ ਨਾਲੋਂ ਤਾਂ ਕਰਦਾ ਹੀ ਚੰਗਾ ਸੀ। ਅੱਛਾ, ਜਦੋਂ ਫਿਰ ਕਰਦਾ, ਫਿਰ ਕਰਨ ਤੋਂ ਬਾਅਦ ਫਿਰ ਉਹ ਪਹਿਲੇ ਸਿਮਟਮਸ ਆਉਣੇ ਸ਼ੁਰੂ ਹੋ ਜਾਂਦੇ ਆ, ਸਾਰੇ ਤੰਗ, ਹੱਥੋਂ ਤੰਗ, ਪੈਸਿਆਂ ਦੀ ਤੰਗੀ, ਇੱਧਰ ਉੱਧਰ ਲੜਾਈਆਂ ਝਗੜੇ। ਅੱਛਾ, ਉਹ ਸਿਮਟਮਸ ਆਉਂਦੇ ਆ ਫਿਰ ਬੰਦਾ ਛੱਡਣ ਵਾਸਤੇ ਆ ਜਾਂਦਾ। ਹੁਣ ਇਸ ਚੀਜ਼ 'ਚੋਂ ਇਨਸਾਨ ਬਾਹਰ ਆ ਹੀ ਨਹੀਂ ਸਕਦਾ, ਜਾਂ ਤਾਂ ਬੰਦਾ ਉਹਨਾਂ ਸਿਮਟਮਾਂ ਤੋਂ ਪੀੜਿਤ ਹੁੰਦਾ ਜਿਹੜੇ ਕਿ ਕਰਨ ਕਰਕੇ ਆਉਂਦੇ ਆ, ਜਾਂ ਫਿਰ ਉਹਨਾਂ ਸਿਮਟਮਾਂ ਦੇ ਵਿੱਚ ਫਸਿਆ ਰਹਿੰਦਾ, ਉਸ ਚੀਜ਼ ਤੋਂ ਔਖਾ ਹੁੰਦਾ ਜਿਹੜੇ ਛੱਡਣ ਕਰਕੇ ਆਉਂਦੇ ਆ। ਹੁਣ ਇੱਕ ਸਿਮਟਮ ਸੈੱਟ ਆਫ ਸਿਮਟਮਸ ਹੈਗੇ ਆ ਜਿਹੜੇ ਕਿ ਕਰਨ ਕਰਕੇ ਆਉਂਦੇ ਆ, ਨਸ਼ਾ ਕਰਨ ਕਰਕੇ ਆਉਂਦੇ। ਇੱਕ ਸੈੱਟ ਆਫ ਸਿਮਟਮਸ ਹੈਗੇ ਆ ਜਿਹੜਾ ਨਸ਼ਾ ਛੱਡਣ ਕਰਕੇ ਆਉਂਦੇ ਆ। ਹੁਣ ਇਸ ਚੀਜ਼ ਦੇ ਵਿਚਕਾਰ ਜਿਹੜਾ ਇਨਸਾਨ ਫਸਿਆ ਹੈ, ਉਹ ਤਾਂ ਉਹੀ ਗੱਲ ਹੋ ਗਈ ਜੀ, 100 ਗੰਢੇ ਖਾ ਲਏ ਅਤੇ 100 ਛਿੱਤਰ ਖਾ ਲਏ, ਮਤਲਬ ਦੋਨੋਂ ਪਾਸੇ ਬੰਦਾ ਚੱਲਦਾ। ਕਦੀ 90 ਗੰਢੇ ਖਾ ਕੇ ਕਹਿੰਦਾ ਨਹੀਂ ਮੈਂ ਦੂਜੇ ਪਾਸੇ ਚੱਲਦਾ, ਅਤੇ ਕਦੀ 90 ਉਹ ਖਾ ਕੇ ਅਤੇ ਫਿਰ ਕਹਿੰਦਾ ਯਾਰ ਮੈਂ ਗੰਢੇ ਹੀ ਖਾ ਲੈਣਾ। ਬਸ ਆਹ ਜਿਹੜਾ ਸਰਕਲ ਹੈ ਨਾ, ਇਹ ਇੱਕ ਅਡਿਕਟ ਦੀ ਕਹਾਣੀ ਦਾ ਚੱਲਦਾ ਰਹਿੰਦਾ, ਜਦੋਂ ਤੱਕ ਉਹ ਪੂਰੀ ਤਰ੍ਹਾਂ ਐਗਜ਼ੌਸਟ ਹੋ ਕੇ ਉੱਠਣ ਜੋਗਾ ਨਹੀਂ ਨਾ ਰਹਿੰਦਾ। ਅਸਲ 'ਚ ਸਾਡੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਆ ਨਾ, ਜਿਹੜਾ ਡਿੱਗ ਕੇ ਆਪੇ ਉੱਠ ਗਿਆ ਨਾ, ਉਹਨੇ ਨਹੀਂ ਕਦੀ ਆਉਣਾ। ਜਿੰਨੀ ਦੇਰ ਤੱਕ ਪੇਸ਼ੈਂਟ ਡਿੱਗ ਕੇ ਆਪੇ ਉੱਠਣ ਜੋਗਾ ਨਾ, ਉਹ ਕਦੀ ਇਲਾਜ ਵਾਸਤੇ ਨਹੀਂ ਆਏਗਾ। ਇੱਕ ਦਿਨ ਆਏਗਾ
ਜਦੋਂ ਪੇਸ਼ੈਂਟ ਡਿੱਗ ਕੇ ਆਪੇ ਉੱਠ ਨਹੀਂ ਸਕੇਗਾ, ਸਮਝਦੇ ਹੋ ਨਾ, ਆਪੇ ਉੱਠਣਾ ਮਤਲਬ ਜਦੋਂ ਤੱਕ ਪੇਸ਼ੈਂਟ ਨੇ ਨਸ਼ਾ ਕੀਤਾ ਅਤੇ 4-6-10 ਘੰਟੇ ਦੇ ਵਿੱਚ ਨਸ਼ਾ ਲੈ ਗਿਆ ਅਤੇ ਅਗਲੇ ਦਿਨ ਬੰਦਾ ਫਿਰ ਕੋਈ 2-4 ਗੋਲੀਆਂ ਖਾ ਕੇ ਕੰਮ ਜੋਗਾ ਹੋ ਗਿਆ, ਉਨੀ ਦੇਰ 'ਤੇ ਪੇਸ਼ੈਂਟ ਨਹੀਂ ਆਏਗਾ। ਪੇਸ਼ੈਂਟ ਉਦੋਂ ਆਏਗਾ ਜਦੋਂ ਉਹਨੇ ਨਸ਼ਾ ਕੀਤਾ ਪਰ ਉਹ ਆਪ ਉੱਠਣ ਜੋਗਾ ਨਹੀਂ ਰਹਿ ਗਿਆ, ਉਹਨੂੰ ਮਦਦ ਦੀ ਲੋੜ ਹੈ ਕਿ ਮੈਨੂੰ ਕੋਈ ਉਠਾਏ। ਪਰ ਅਸੀਂ ਕੀ ਕਰਦੇ ਹਾਂ, ਦੇਖੋ ਅਸੀਂ ਇਹ ਮਦਦ ਤਾਂ ਕਰਤੀ ਵੀ ਉਹਨੂੰ ਉਠਾ ਦਿੱਤਾ ਅਤੇ ਉਹਨੂੰ ਫਿਰ ਤੁਰਨ ਲਾ ਦਿੱਤਾ, ਹੁਣ ਉਹ ਤੁਰਿਆ ਕਿਸ ਵਾਸਤੇ? ਤੁਰਦਾ ਉਹ ਪਿਆ ਪਰ ਉਹਦੇ ਮਨ 'ਚ ਇੱਕ ਚੀਜ਼ ਹੈ ਕਿ ਮੈਂ ਜਦੋਂ ਡਿੱਗਦਾ ਉੱਠ ਤਾਂ ਮੈਂ ਜਾਂਦਾ ਹੀ ਹਾਂ। ਠੀਕ ਹੈ, ਅਸਲ 'ਚ ਸਾਡੀ ਗਲਤੀ ਇੱਥੇ ਹੁੰਦੀ ਹੈ, ਜਦੋਂ ਅਸੀਂ ਪੇਸ਼ੈਂਟ ਦੇ ਇੱਕ ਤਰ੍ਹਾਂ ਦੇ ਸਿਮਟਮਸ ਦੇਖਦੇ ਹਾਂ। ਹੁਣ ਇੱਕ ਤਰ੍ਹਾਂ ਦੇ ਸਿਮਟਮ ਇੱਕ ਜਗ੍ਹਾ 'ਤੇ ਠੀਕ ਹੁੰਦੇ ਆ, ਭਾਟੀਆ ਹੋਸਪਿਟਲ ਦੇ ਵਿੱਚ ਪਹਿਲੇ ਸਿਮਟਮਸ ਠੀਕ ਹੁੰਦੇ ਆ, ਜਦੋਂ ਪੇਸ਼ੈਂਟ ਹਰਮੀਟੇਜ ਜਾਂਦਾ, ਇਨਡੋਰ ਜਾਂਦਾ, ਉਦੋਂ ਦੂਜੇ ਤਰ੍ਹਾਂ ਦੇ ਸਿਮਟਮਸ ਆਉਂਦੇ ਆ। ਹੁਣ ਜਦੋਂ ਦੂਜੇ ਤਰ੍ਹਾਂ ਦੇ ਸਿਮਟਮਸ ਆਉਂਦੇ ਆ, ਬੰਦਾ ਲੋਅ ਮਹਿਸੂਸ ਕਰ ਰਿਹਾ, ਬੰਦਾ ਚਿੜਚਿੜਾ ਮਹਿਸੂਸ ਕਰ ਰਿਹਾ, ਉਹਨੂੰ ਅੰਦਰੋਂ ਖਾਲੀਪਨ ਮਹਿਸੂਸ ਹੋ ਰਿਹਾ, ਉਹਦਾ ਟਾਈਮ ਨਹੀਂ ਬੀਤਦਾ ਪਿਆ, ਉਹਨੂੰ ਕਿਸੇ ਤਰ੍ਹਾਂ ਦੀ ਖੁਸ਼ੀ ਨਹੀਂ ਆ ਰਹੀ, ਉਹਨੂੰ ਸਭ ਕੁਝ ਕਾਲਾ ਮਤਲਬ ਲੱਗਣ ਡਿਆ, ਬਲੈਕ ਐਂਡ ਵਾਈਟ ਲੱਗਣ ਡਿਆ, ਉਹਦਾ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਉਹਦਾ ਦਿਲ ਨਹੀਂ ਕਰਦਾ ਮੈਂ ਬੈੱਡ ਤੋਂ ਉੱਠਾਂ, ਉਹਨੂੰ ਕਈ ਤਰ੍ਹਾਂ ਦੀਆਂ ਸੋਚਾਂ ਖਿਆਲ ਆਈ ਜਾਂਦੇ ਆ, ਉਹਨੂੰ ਕਈ ਆਵਾਜ਼ਾਂ ਆਉਂਦੀਆਂ ਦਿਨ 'ਚ, ਇਹ ਕੀ ਕਰਨ ਡਿਆ, ਆਹ ਕੀ ਕੀਤਾ ਜੀ, ਇਸ ਤੋਂ ਤਾਂ ਚੰਗਾ ਕਰ ਕਰਕੇ ਖਤਮ ਹੋ ਜਾਂਦਾ ਸੀਗੇ। ਉਹ ਮਤਲਬ ਕਾਫੀ ਹੱਦ ਤੱਕ, ਇਹ ਨਹੀਂ ਮੈਂ ਕਹਿੰਦਾ, ਮੇਰਾ ਪੇਸ਼ੈਂਟ ਬਹੁਤ ਲੜਦੇ ਆ, ਕਈ ਵਾਰੀ 15 ਦਿਨ, ਕਈ ਵਾਰੀ ਮਹੀਨਾ, ਪਰ ਹੁੰਦਾ ਕੀ ਹੈ ਕਿ ਜਿਹੜਾ 15 ਦਿਨ ਮਹੀਨਾ ਲੜਿਆ ਹੁੰਦਾ ਨਾ ਪੇਸ਼ੈਂਟ, ਜਦੋਂ ਦੂਜੀ ਵਾਰੀ ਜਾ ਕੇ ਕਰਦਾ ਨਾ, ਉਹਦੇ 'ਚ ਓਵਰਡੋਜ਼ ਹੋਣ ਦੇ ਚਾਂਸਿਸ ਬੜੇ ਵੱਧ ਜਾਂਦੇ ਆ, ਕਿਉਂਕਿ ਉਹਨੇ 15-20 ਦਿਨ ਛੱਡਿਆ ਹੁੰਦਾ, ਅਤੇ 15-20 ਦਿਨ ਜਿੱਦਣ ਉਹਦਾ ਦਾ ਲੱਗਦਾ, ਉਹਦੇ ਅੰਦਰ ਦੀ ਹੁੜਕ ਜਾਂ ਉਹਦੇ ਅੰਦਰ ਦੀ ਪਿਆਸ ਇੰਨੀ ਵਧੀ ਹੁੰਦੀ ਹੈ ਕਿ ਇੱਕਦਮ ਨਸ਼ਾ ਅੰਦਰ ਸੁੱਟ ਲੈਂਦਾ। ਸ਼ਰਾਬ ਵਾਲੇ ਪੂਰੀ ਬੋਤਲ ਸੁੱਟ ਲੈਂਦੇ ਆ, ਹੈਰੋਇਨ ਵਾਲੇ ਪੂਰਾ ਟੀਕਾ ਲਾ ਲੈਂਦੇ ਆ, ਬਸ ਉਹਦੇ 'ਚ ਹੀ ਉਹਦੀ ਓਵਰਡੋਜ਼ ਦੀ ਕਹਾਣੀ ਲਿਖੀ ਜਾਂਦੀ ਹੈ, ਫਿਰ ਇਹ ਸਰਕਲ ਖਤਮ ਹੋ ਜਾਂਦਾ। ਪਰ ਇਹ ਸਰਕਲ ਕੋਈ ਚੰਗੇ ਤਰੀਕੇ ਨਾਲ ਖਤਮ ਨਹੀਂ ਹੋਇਆ। ਹੁਣ ਜੇ ਅਸੀਂ ਥੋੜ੍ਹੀ ਜਿਹੀ ਅਵੇਅਰਨੈਸ ਰੱਖੀਏ ਕਿ ਇਸ ਦੋਨਾਂ ਸਿਮਟਮਸ 'ਚੋਂ ਬਾਹਰ ਆਉਣ ਦਾ ਇੱਕ ਤਰੀਕਾ ਹੈ, ਜਿਹੜੇ ਪਹਿਲੇ ਤਰ੍ਹਾਂ ਦੇ ਸਿਮਟਮਸ ਹੈ ਉਹ ਤਾਂ 7-10 ਦਿਨਾਂ 'ਚ ਠੀਕ ਹੋ ਜਾਂਦੇ ਆ, ਪਰ ਜਿਹੜੇ ਦੂਜੇ ਤਰ੍ਹਾਂ ਦੇ ਸਿਮਟਮਸ ਹੈ ਉਹਨਾਂ ਨੂੰ 3-6 ਮਹੀਨੇ, ਸਾਲ ਵੀ ਲੱਗ ਸਕਦਾ। ਪਰ ਇਹ ਹੈ ਕਿ ਜਿਹੜੇ ਟ੍ਰੇਨਿੰਗ ਪ੍ਰੋਗਰਾਮ ਹੈ ਨਾ ਸਾਡਾ, ਕਿ ਵੀ ਅਸੀਂ ਕਹਿੰਦੇ ਹਾਂ ਕਿ ਵੀ ਇਹਨਾਂ ਸਿਮਟਮਸ ਨੂੰ, ਹੁਣ ਜੇ ਤੁਸੀਂ ਮੰਨ ਲਿਆ ਕਿ ਆਪਾਂ ਜ਼ਿੰਦਗੀ ਦੇ ਵਿੱਚ ਉਹ ਸਾਡਾ ਸਿਸਟਮ ਕਦੀ ਠੀਕ ਨਹੀਂ ਹੋਣਾ ਜਿਹਨੇ ਨਸ਼ੇ ਪਹੁੰਚਾਉਣੇ ਹੈ, ਫਿਰ ਇੱਕ ਦਿਨ ਬੰਦਾ ਪਹਿਲਾਂ ਪੇਨਫੁਲ ਹੀ ਮੰਨਦਾ, ਪਹਿਲਾਂ ਬੜੀ ਦਰਦ ਤਕਲੀਫ ਦੇ ਨਾਲ ਇਹ ਚੀਜ਼ ਮੰਨਦਾ, ਯਾਰ ਪਹਿਲਾਂ ਤਾਂ ਮੰਨਦਾ ਹੀ ਨਹੀਂ ਨਾ ਕਿ ਮੈਂ ਕਰਦਾ ਜਾਂ ਮੈਨੂੰ ਲੱਗਾ ਹੋਇਆ, ਉਹਨੂੰ ਲੱਗਦਾ ਕਿ ਵੀ ਮੈਂ ਆਪੇ ਹੀ ਤਾਂ ਉੱਠ ਜਾਂਦਾ, ਐਡੀ ਵੀ ਕੀ ਗੱਲ ਹੈ, ਮੈਂ ਥੋੜ੍ਹਾ ਕਰ ਲੂੰਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇੱਕ ਦਿਨ ਝੂਠ, ਉਹਨੂੰ ਵੀ ਪਤਾ ਲੱਗ ਜਾਣਾ। ਪਰ ਇਹ ਲੱਗਦਾ ਉਦੋਂ ਹੈ ਜਦੋਂ ਪ੍ਰੋਟੈਕਟਿਵ ਇਨਵਾਇਰਮੈਂਟ 'ਚ ਹੁੰਦਾ ਨਾ, ਇੱਕ ਇਨਵਾਇਰਮੈਂਟ 'ਚ ਹੁੰਦਾ ਜਿੱਥੇ ਉਹਨੂੰ ਨਸ਼ਾ ਵੀ ਨਹੀਂ ਮਿਲਦਾ ਅਤੇ ਉਹਨੂੰ ਉਹਦੇ ਸੱਚ ਵੀ ਸਾਹਮਣੇ ਪਿਆ ਹੁੰਦਾ, ਅਤੇ 2-4 ਬੰਦੇ ਉੱਤੋਂ ਪਿੱਛੇ ਹੁੰਦੇ ਆ ਅਤੇ 2-4 ਬੰਦੇ ਉੱਤੋਂ ਅੱਗੇ ਹੁੰਦੇ ਆ ਅਤੇ ਕੁਝ ਕਹਾਣੀਆਂ ਕੁਹੀਆਂ ਸੁਣਦਾ, ਪਲੱਸ ਅਸੀਂ ਜਿਹੜੀ ਡਰ, ਜਦੋਂ ਇੱਕ ਪੇਸ਼ੈਂਟ ਆਊਟਡੋਰ 'ਚ ਹੁੰਦਾ ਨਾ, ਅਤੇ ਸਾਨੂੰ ਇਹ ਲੱਗਦਾ ਕਿ ਪੇਸ਼ੈਂਟ ਨੂੰ ਜੇ ਇਹ ਗੱਲ ਕਹਾਂਗੇ ਨਾ ਤਾਂ ਇਹ ਡਰ ਜਾਂ ਇਹ ਮਤਲਬ ਸਾਨੂੰ ਛੱਡ ਕੇ ਚਲੇ ਜਾਏਗਾ। ਪਰ ਇੱਕ ਹਰਮੀਟੇਜ ਇੱਕ ਇਹੋ ਜਿਹਾ ਇਨਕਲੂਜਨ ਹੁੰਦਾ ਕਿ ਜਿੱਥੇ ਉਹ ਛੱਡ ਕੇ ਜਾਣ ਦੀ ਕੋਸ਼ਿਸ਼ ਨਹੀਂ ਕਰ ਸਕਦਾ, ਫਿਰ ਅਸੀਂ ਉਹਦੇ ਮੂੰਹ ਦੇ ਉੱਪਰ ਸੱਚ ਕਹਿ ਲਈਦਾ, ਕਨਫਰੰਟ ਕਰ ਲਈਦਾ। ਉਹ ਕਹਿੰਦਾ ਮੈਨੂੰ ਤਾਂ ਲੱਗਾ ਨਹੀਂ ਸੀ ਕਿ ਵੀ ਆ ਤੇਰੀ ਇਸ ਦਿਨ ਤੂੰ ਕਿੰਨੇ ਵਜੇ 28 ਤਰੀਕ ਨੂੰ ਇੱਥੇ ਕੀ ਕਰਦਾ ਪਿਆ ਸੀਗਾ। ਕਹਿੰਦਾ ਜੀ ਮੈਂ ਬਾਹਰ ਟਿੱਕਾ ਸੀਗਾ, ਇਹ 14 ਮਾਰਚ ਨੂੰ ਤੇਰੇ ਨਾਲ ਕੀ ਹੋਇਆ ਸੀਗਾ? ਜੀ ਮੇਰਾ ਹੈੱਡ ਇੰਜਰੀ ਹੋਈ ਸੀ। ਮੈਂ ਕਹਿੰਦਾ ਉਦੋਂ ਪੀਤੀ ਸੀ? ਹਾਂਜੀ ਪੀਤੀ ਸੀ। 9 ਤਰੀਕ ਨੂੰ ਕੀ ਹੋਇਆ ਸੀ? 9 ਤਰੀਕ ਨੂੰ ਮੇਰੇ ਕਾਰ ਦੇ ਥੱਲੇ ਬੱਚਾ ਆ ਗਿਆ ਸੀ। ਮੈਂ ਕਿਹਾ ਜੀ 9 ਤਰੀਕ ਨੂੰ ਕੀ ਹੋਇਆ ਸੀ? ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੀਦੀਆਂ ਨਾ, ਵੀ ਆਪਣੇ ਵਿਆਹ ਵਾਲੇ ਦਿਨ ਤੂੰ ਕਿੰਨੀ ਪੀਤੀ ਸੀ? ਕਹਿੰਦਾ 9 ਪੀਤੀ ਸੀ। ਆਪਣੇ ਜਿੱਦਣ ਤੇਰੀ ਗ੍ਰੈਜੂਏਸ਼ਨ ਹੋਈ ਸੀ ਉਦਣ ਤੂੰ ਕੀ ਕੀਤਾ ਸੀਗਾ? ਉਦਣ ਬੇਹੋਸ਼ ਹੋ ਕੇ ਸਾਰੀ ਰਾਤ ਉਲਟੀਆਂ ਕਰਦਾ ਰਿਹਾ ਸੀ। ਮੈਂ ਕਿਹਾ ਜੀ ਜਦੋਂ ਤੂੰ ਪਿਛਲੀ ਵਾਰੀ ਨਸ਼ਾ ਲਿਆ ਸੀ ਉਦੋਂ ਕੀ ਹੋਇਆ ਸੀਗਾ? ਮੈਂ ਜੀ ICU 'ਚ ਪਹੁੰਚ ਗਿਆ ਸੀਗਾ, ਮੈਨੂੰ ਤਾਂ 10 ਘੰਟੇ ਬਾਅਦ ਪਤਾ ਲੱਗਿਆ ਕਿ ਮੈਂ ਕਿੱਥੇ ਸੀਗਾ। ਜਦੋਂ ਇਸ ਤਰ੍ਹਾਂ ਦੀਆਂ ਆਪਾਂ ਗੱਲਾਂ ਸੁਣਦੇ ਹਾਂ ਨਾ, ਫਿਰ ਅਸੀਂ ਕਨਫਰੰਟ ਕਰਦੇ ਹਾਂ, ਅਸੀਂ ਪੇਸ਼ੈਂਟ ਨੂੰ ਸਿੱਧੀਆਂ ਸਿੱਧੀਆਂ ਇਹ ਗੱਲਾਂ ਕਰਦੇ ਹਾਂ ਵੀ ਹੁਣ ਦੱਸ ਤੂੰ ਆਹ ਗੱਲ ਕਹਿੰਦਾ, ਤੂੰ ਕਹਿੰਦਾ ਕਿ ਮੈਨੂੰ ਬਲੱਗੀ ਨਹੀਂ ਹੋਈ ਅਤੇ ਤੇਰੇ ਨਾਲ ਇਹ ਕਿਉਂ ਕਿਉਂ ਹੋਇਆ ਸੀਗਾ। ਸਾਰੇ ਇਵੈਂਟਸ ਦੱਸੀਦੇ ਆ ਨਾ ਉੱਥੇ। ਹੁਣ ਪੇਸ਼ੈਂਟ ਦੇ ਕੋਲ ਇੱਕ ਸਾਨੂੰ ਵੀ ਕਹਿਣ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੇਸ਼ੈਂਟ ਨੂੰ ਵੀ ਸੁਣਨ ਦਾ ਹਿੰਮਤ ਹੁੰਦੀ ਹੈ, ਕਿਉਂਕਿ ਇੰਨੀਆਂ ਚੀਜ਼ਾਂ ਸੁਣਨੀਆਂ ਸੌਖੀਆਂ ਨਹੀਂ ਹੈ। ਪਰ ਇਹਨਾਂ ਦਾ ਜਦੋਂ ਅਸੀਂ ਵਾਰ ਵਾਰ ਇੱਕ ਤਰੀਕੇ ਨਾਲ ਕਹਿੰਦੇ ਹਾਂ, ਸਾਇੰਟਿਫਿਕ ਤਰੀਕੇ ਨਾਲ, ਇੱਕ ਦਿਨ ਪੇਸ਼ੈਂਟ ਨੂੰ ਲੱਗਣ ਲੱਗ ਪੈਂਦਾ ਕਿ ਮੈਂ ਵਾਕਈ, ਮੇਰੇ ਕੋਲ ਰਸਤਾ ਕੋਈ ਨਹੀਂ ਹੈ ਚੋਂ ਬਾਹਰ ਆਉਣ ਦੀ,
ਫਿਰ ਪੇਸ਼ੈਂਟ ਜਿਹੜਾ ਨਾ ਮਦਦ ਮੰਗਦਾ, ਪਹਿਲੀ ਵਾਰੀ ਫਿਰ ਮਦਦ ਮੰਗਦਾ, ਅਸਲੀ ਮਦਦ। ਉਹ ਮਦਦ ਇਹ ਨਹੀਂ ਮਦਦ ਜਿਹੜੀ ਇੱਥੇ ਭਾਟੀਆ ਹੋਸਪਿਟਲ ਵਾਸਤੇ ਮੰਗੀ ਹੁੰਦੀ ਹੈ, ਉਹ ਤਾਂ ਆਪਣੇ ਉਹਨੇ ਸਿਮਟਮਸ ਤੋਂ ਤੰਗ ਆ ਕੇ ਮੰਗੀ ਹੁੰਦੀ ਹੈ। ਪਰ ਜਿਹੜੀ ਮਦਦ ਉਸ ਵੇਲੇ ਮੰਗਦਾ ਨਾ, ਵੀ ਨਾ ਤਾਂ ਮੇਰੇ ਕੋਲੋਂ ਹੁਣ ਛੱਡ ਕੇ ਗੁਜ਼ਾਰਾ, ਨਾ ਮੇਰੇ ਕੋਲੋਂ ਦੁਬਾਰਾ ਕੀਤਾ ਜਾਣਾ, ਹੁਣ ਮੈਂ ਛੱਡ ਕੇ ਆਪਣੇ ਮੂਡ ਨੂੰ ਠੀਕ ਕਿਵੇਂ ਰੱਖ ਸਕਾਂ, ਮੈਨੂੰ ਇਹ ਚੀਜ਼ਾਂ ਸਿਖਾਓ ਕਿ ਜੇ ਮੈਂ ਛੱਡਣਾ ਹੀ ਪੈਣਾ ਤਾਂ ਸਾਰੀ ਉਮਰ ਛੱਡ ਕੇ ਰਹਿਣਾ ਅਤੇ ਮੇਰਾ ਸਿਸਟਮ ਇਹ ਠੀਕ ਹੋਣਾ ਹੀ ਨਹੀਂ ਕਦੀ ਵੀ, ਫਿਰ ਮੈਨੂੰ ਕੋਈ ਤਰੀਕੇ ਸਿਖਾਓ ਜਿਹਦੇ ਨਾਲ ਮੈਂ ਆਪਣੇ ਆਪ ਨੂੰ ਜੀਣ ਦੇ ਕਾਬਲ ਹੋ ਜਾਂ ਅਤੇ ਮੈਂ ਆਪਣੀ ਲਾਈਫ ਨੂੰ ਵਧੀਆ ਕਰ ਸਕਾਂ। ਉਹਨੂੰ ਕਹਿੰਦੇ ਸੋਬਰਾਇਟੀ। ਐਬਸਟੀਨੈਂਸ ਹੁੰਦੀ ਹੈ ਸਿਰਫ ਨਸ਼ਾ ਛੱਡਣਾ, ਸਾਡੇ ਪੇਸ਼ੈਂਟ ਜਾਂਦੇ ਐਬਸਟੀਨੈਂਸ ਹੀ ਹੈ, ਪਰ ਇੱਕ ਦਿਨ ਹੌਲੀ ਹੌਲੀ ਪ੍ਰੋਸੈਸ ਇਹੋ ਜਿਹਾ, ਫਿਰ ਉਹ ਸੋਬਰਾਇਟੀ 'ਚ ਆ ਜਾਂਦੇ। ਸੋਬਰਾਇਟੀ ਦਾ ਮਤਲਬ ਹੁੰਦਾ ਕਿ ਉਹਨਾਂ ਨੂੰ ਚੈਨ ਆ ਜਾਂਦਾ, ਉਹਨਾਂ ਦੇ ਅੰਦਰ ਦੀ ਭੱਜ ਦੌੜ ਖਤਮ ਹੋ ਜਾਂਦੀ ਹੈ। ਉਹਨਾਂ ਨੂੰ ਫਿਰ ਹੁੰਦਾ ਵੀ ਅੱਛਾ ਜੇ ਇਹੀ ਕੰਮ ਕਰਨਾ ਤਾਂ ਫਿਰ ਇਹ ਸਿੱਖ ਹੀ ਲਈਏ, ਭਾਵੇਂ ਔਖਾ ਸੌਖਾ। ਪਰ ਜਦੋਂ ਔਖਾ ਕੰਮ ਵੀ ਅਸੀਂ ਕੋਈ ਕਰਦੇ ਹਾਂ ਨਾ, ਜਾਂ ਝੂਠ ਬੋਲ ਕੇ ਵੀ ਕੋਈ ਕੰਮ ਕਰਦੇ ਹਾਂ, ਪਰ ਕੰਮ ਤਾਂ ਕਰ ਰਹੇ ਹਾਂ ਨਾ। ਸਾਡੇ ਵਾਸਤੇ ਬਹੁਤ ਸਾਰੇ ਪੇਸ਼ੈਂਟਸ ਕਰਦੇ ਕਹਿੰਦੇ ਇਹ ਝੂਠ ਬੋਲ ਰਿਹਾ ਜੀ, ਮੈਂ ਕੋਈ ਗੱਲ ਨਹੀਂ ਕਰਦੇ ਰਿਹਾ ਨਾ। ਜਿਹੜਾ ਝੂਠ ਬੋਲ ਕੇ ਵੀ ਕਰਦਾ ਪਿਆ ਨਾ, ਇੱਕ ਦਿਨ ਸੱਚ ਬੋਲੇਗਾ। ਤੁਸੀਂ ਝੂਠ ਹੀ ਚੱਲਣ ਦਿਓ, ਇਹ ਜਾਣ ਕੇ ਤੁਹਾਡੇ ਸਾਹਮਣੇ ਕਰਦਾ ਪਿਆ। ਮੈਂ ਕਿਹਾ ਜੀ ਜਾਣ ਕੇ ਵੀ ਤੁਹਾਡੇ ਸਾਹਮਣੇ ਵੀ ਕਰਦਾ ਪਿਆ, ਤਾਂ ਵੀ ਇਹਦੇ 'ਚ ਸਾਡੀ ਜਿੱਤ ਹੈ, ਕਰਦਾ ਤਾਂ ਪਿਆ ਨਾ। ਜਦੋਂ ਇਸ ਤਰ੍ਹਾਂ ਪੇਸ਼ੈਂਟਸ ਇਹ ਕਰਦੇ ਰਹਿੰਦੇ ਆ ਨਾ, ਫਿਰ ਅਸੀਂ ਉਹਨਾਂ ਨੂੰ ਲਾਈਫ ਸਕਿੱਲ ਸਿਖਾਉਂਦੇ ਹਾਂ, ਫਿਰ ਅਸੀਂ ਉਹਨਾਂ ਨੂੰ ਰਿਸਪੋਂਸੀਬਿਲਟੀਆਂ ਲੈਣੀਆਂ। ਉਹਦਾ ਕੀ ਮਤਲਬ ਹੁੰਦਾ ਕਿ ਜਦੋਂ ਅਸੀਂ ਜ਼ਿੰਮੇਵਾਰੀਆਂ ਲੈਣੀਆਂ ਸਿਖਾਉਂਦੇ ਹਾਂ, ਜਦੋਂ ਅਸੀਂ ਰਿਸਪੋਂਸੀਬਿਲਟੀਜ਼, ਜਦੋਂ ਅਸੀਂ ਕਹਿੰਦੇ ਹਾਂ ਚੈਲੇਂਜਸ ਫੇਸ ਕਰੋ, ਚੈਲੇਂਜਸ ਤੁਹਾਨੂੰ ਹੀ ਫੇਸ ਕਰਨੇ ਪੈਣੇ, ਇਹ ਤੋਂ ਭੱਜਿਆ ਗੁਜ਼ਾਰਾ ਨਹੀਂ ਹੈਗਾ, ਫਿਰ ਉਹਦੇ ਨਾਲ ਨਾ ਉਸ ਪੇਸ਼ੈਂਟ ਦਾ ਮੂਡ ਠੀਕ ਰਹਿਣਾ ਸ਼ੁਰੂ ਹੋ ਜਾਂਦਾ। ਸੋ ਅਸੀਂ ਦੇਖਿਆ ਕਿ ਜਿਹੜੇ ਲੋਕਾਂ ਦਾ ਮੂਡ ਠੀਕ ਨਹੀਂ ਨਾ ਹੁੰਦਾ ਸ਼ੁਰੂ ਤੋਂ ਹੀ, ਜਿਹਦੇ ਕਰਕੇ ਉਹ ਆਮ ਤੌਰ 'ਤੇ ਨਸ਼ੇ ਦੇ ਵਿੱਚ ਜਾਂਦੇ ਆ ਜਾਂ ਨਸ਼ੇ ਦੀ ਬਿਮਾਰੀ ਆਉਂਦੀ ਹੈ, ਉਹਦੇ ਪਿੱਛੇ ਜਿਹੜੀ ਬੈਕਗਰਾਊਂਡ ਇਹ ਹੈ ਕਿ ਜਿਹੜਾ ਸਾਨੂੰ ਛੋਟੇ ਹੁੰਦਿਆਂ ਤੋਂ ਜ਼ਿੰਮੇਵਾਰੀਆਂ ਲੈਣੀਆਂ ਅਤੇ ਚੈਲੇਂਜਿਸ ਲੈਣੇ। ਚੈਲੇਂਜਿਸ ਹੁੰਦਾ ਕਿ ਅੱਜ ਇੱਕ ਯਾਰਡ ਸਟਿੱਕ ਰੱਖੀ, ਕੱਲ੍ਹ ਨੂੰ ਉਸ ਤੋਂ ਥੋੜ੍ਹੀ ਜਿਹੀ ਉੱਪਰ ਵਧਾ ਦਿੱਤੀ, ਫਿਰ ਜੇ ਉਹ ਥੋੜ੍ਹੀ ਜਿਹੀ ਇੱਥੋਂ ਤੱਕ ਕਾਬਲ ਹੋਇਆ, ਥੋੜ੍ਹੀ ਜਿਹੀ ਉੱਪਰ ਵਧਾ ਦਿੱਤੀ। ਹਮੇਸ਼ਾ ਲਾਈਫ ਦੇ ਵਿੱਚ ਬੱਚੇ ਨੂੰ ਗਰੋ ਕਰਾਉਣ ਲੱਗਿਆਂ ਥੋੜ੍ਹਾ 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 ਗਰੋ ਕਰਾਉਂਦੇ ਰਹੋ, ਤਾਂ ਕਿ ਉਹਨੂੰ ਆਪਣੇ ਚੈਲੇਂਜਿਸ ਨਜ਼ਰ ਆਉਂਦੇ ਰਹਿਣ। ਉਹਦੇ ਨਾਲ ਕੀ ਹੋਏਗਾ ਕਿ ਉਹਦਾ ਮੂਡ ਨਹੀਂ ਖਰਾਬ ਹੋਏਗਾ। ਮੂਡ ਖਰਾਬ ਹਮੇਸ਼ਾ ਉਦੋਂ ਹੁੰਦਾ ਜਦੋਂ ਅਸੀਂ ਬੱਚੇ ਨੂੰ ਪ੍ਰੋਟੈਕਟਿਵ ਇਨਵਾਇਰਮੈਂਟ ਦਿੰਦੇ ਹਾਂ, ਅਤੇ ਨਾ ਤਾਂ ਉਹਨੂੰ ਜ਼ਿੰਮੇਵਾਰੀਆਂ ਸਿਖਾਉਂਦੇ ਹਾਂ, ਅਤੇ ਨਾ ਉਹਨੂੰ ਚੈਲੇਂਜਿਸ ਵਾਸਤੇ ਤਿਆਰ ਕਰਦੇ ਹਾਂ। ਹੁਣ ਜਿਹੜੇ ਜ਼ਿੰਮੇਵਾਰੀਆਂ ਅਸੀਂ ਲੈਂਦੇ ਹਾਂ, ਜਦੋਂ ਅਸੀਂ ਕੋਈ ਚੈਲੇਂਜ ਕਬੂਲ ਕਰਦੇ ਹਾਂ ਅਤੇ ਉਹਨੂੰ ਪੂਰਾ ਕਰਦੇ ਹਾਂ, ਦੋ ਹੀ ਤਰੀਕੇ ਹੁੰਦੇ ਆ। ਜਾਂ ਤਾਂ ਚੈਲੇਂਜ ਹੋ ਜੂਗਾ, ਅੱਜ ਫੇਲ ਹੋ ਗਿਆ ਕੋਈ ਗੱਲ ਨਹੀਂ, ਕੱਲ੍ਹ ਇੱਕ ਨਵਾਂ ਚੈਲੇਂਜ ਰੱਖ ਦਿਓ, ਥੋੜ੍ਹਾ ਜਿਹਾ ਨੀਵਾਂ ਕਰ ਦਿਓ। ਚੈਲੇਂਜ ਜ਼ਰੂਰ ਰੱਖੋ, ਜੋ ਅੱਜ ਰੱਖਿਆ ਨਾ ਉਸ ਤੋਂ ਕੱਲ੍ਹ ਥੋੜ੍ਹਾ ਜਿਹਾ ਉੱਚਾ ਹੋਏਗਾ। ਕੀ ਕਿ ਜਿਹੜਾ ਚੈਲੇਂਜ ਅਸੀਂ ਰੱਖਾਂਗੇ ਨਾ, ਜਿਹੜੀ ਪ੍ਰੋਬਲਮ ਅੱਜ ਉਹ ਸੋਲਵ ਕਰੇਗਾ, ਉਹਦੇ ਨਾਲ ਉਹਦੇ ਅੰਦਰ ਖੁਸ਼ੀ ਆਏਗੀ, ਮਜ਼ਾ ਆਏਗਾ, ਜਿਹੜਾ ਮਜ਼ਾ ਕਿ ਪਰਮਾਨੈਂਟ ਹੋਏਗਾ। ਉਹਨੂੰ ਇੱਕ ਜਾਂਚ ਆ ਜਾਏਗੀ, ਉਹਦੇ ਦਿਮਾਗ ਨੂੰ ਪਤਾ ਲੱਗ ਜਾਏਗਾ ਕਿ ਹਾਲੇ ਤੱਕ ਤਾਂ ਮੈਨੂੰ ਇਹੀ ਪਤਾ ਸੀਗਾ ਕਿ ਬਾਹਰੋਂ ਨਸ਼ੇ ਕਰੋ ਅਤੇ ਮਜ਼ਾ ਆਉਂਦਾ ਹੈ, ਉਹ ਹੁਣ ਬਦਮਜ਼ਗੀ ਬਣ ਗਈ ਹੈ, ਹੁਣ ਮੇਰੇ ਕੋਲ ਉਹ ਬਦਮਜ਼ਗੀ ਸਹਾਰਨ ਦਾ ਵੇਲਾ ਨਹੀਂ ਰਿਹਾ, ਹੁਣ ਮੈਂ ਆਪਣਾ ਨੈਚੁਰਲ ਨਜ਼ਾ ਲੈਣਾ ਸਿੱਖਦੇ ਹਾਂ, ਜਿਹਦੇ ਵਿੱਚ ਇਹ ਹੈ ਕਿ ਮੈਨੂੰ ਚੈਲੇਂਜਸ ਲੈਣੇ ਐਂਡ ਮੈਨੂੰ ਉਹ ਕੰਮ ਕਰਨੇ ਪੈਣਗੇ ਜਿਹੜਾ ਮੇਰਾ ਮਰਜ਼ੀ ਤੋਂ ਬਗੈਰ ਵੀ ਹੋਣ। ਹੁਣ ਮੇਰੀ ਮਰਜ਼ੀ ਨਹੀਂ ਵੀ ਹੈਗੀ, ਪਰ ਮੇਰੇ ਵਾਸਤੇ ਇਹ ਚੈਲੇਂਜ ਹੈ। ਤੁਸੀਂ ਮੈਨੂੰ ਕਹਿੰਦੇ ਆਹ ਕੰਮ ਕਰਨਾ, ਸਵੇਰੇ 6 ਵਜੇ ਉੱਠਣਾ, ਮੇਰੇ ਕੋਲ ਨਹੀਂ ਉੱਠਿਆ ਜਾਂਦਾ, ਪਰ ਮੈਂ ਜੇ ਉੱਠਦਾ ਤਾਂ ਮੇਰਾ ਚੈਲੇਂਜ ਹੈ। ਹੁਣ ਜਿੰਨੀਆਂ ਇੱਕ ਇਨਸਾਨ ਨੂੰ ਚੈਲੇਂਜਸ ਲੈਣੇ ਆ ਜਾਂਦੇ ਆ ਨਾ, ਉਨੇ ਹੀ ਉਹਨੂੰ ਮਜ਼ਾ ਆਉਣਾ ਸ਼ੁਰੂ ਹੋ ਜਾਂਦਾ। ਪਰ ਇਹ ਜਿਹੜਾ ਮਜ਼ਾ ਹੈ ਨਾ, ਇੱਕ ਸੱਚਾ ਮਜ਼ਾ ਹੈ, ਜਿਹੜਾ ਉਹ ਨਸ਼ੇ ਦੇ ਵਿੱਚ ਲੈਂਦਾ ਨਾ, ਉਹ ਮਖੌਟੇ ਵਾਲਾ ਨਜ਼ਾ ਹੈ। ਵੀ ਜੇ ਬੰਦੇ ਨੂੰ ਆਪਣੀ ਸ਼ਕਲ ਨਹੀਂ ਚੰਗੀ ਲੱਗਦੀ, ਉਹ ਕਿਸੇ ਦਾ ਮਖੌਟਾ ਪਾ ਲੈਂਦਾ, ਅਤੇ ਜਦੋਂ ਸਵੇਰੇ ਉੱਠਦਾ ਤਾਂ ਮਖੌਟਾ ਲੈ ਜਾਂਦਾ, ਅਤੇ ਫਿਰ ਆਪਣੀ ਸ਼ਕਲ ਸਾਹਮਣੇ ਆ ਜਾਂਦੀ ਹੈ। ਉਹ ਤਾਂ ਜਿੰਨੀ ਦੇਰ ਨਸ਼ਾ ਕੀਤਾ ਉਨੀ ਦੇਰ ਮਖੌਟਾ ਪੈ ਗਿਆ, ਜਦੋਂ ਨਸ਼ਾ ਲੱਥਾ ਮਖੌਟਾ ਉਤਰ ਗਿਆ, ਅਤੇ ਬੰਦੇ ਨੂੰ ਅੱਗੇ ਤੋਂ ਵੀ ਜ਼ਿਆਦਾ ਆਪਣਾ ਮਤਲਬ ਚਿਹਰਾ ਪਤਾ ਲੱਗਣਾ ਸ਼ੁਰੂ ਹੋ ਗਿਆ। ਸੋ ਇਹਦਾ ਮਤਲਬ ਹੈ ਕਿ ਤੁਸੀਂ ਕਿੰਨੀ ਦੇਰ ਤੱਕ ਇਹਦਾ ਗੁਜ਼ਾਰਾ ਕਰੋਗੇ। ਨਸ਼ਾ ਇੱਕ ਝੂਠ ਹੈ, ਪਰ ਜਿਹੜੇ ਚੈਲੇਂਜਸ ਹੈ ਜ਼ਿੰਦਗੀ ਹੈ, ਇਹ ਸੱਚ ਦੇ ਇਕੁਅਲ ਹੈ। ਹਾਂ, ਔਖਾ ਹੈ, ਕੋਈ ਗੱਲ ਨਹੀਂ, ਇੱਕ ਦਿਨ ਸੌਖਾ ਹੋ ਜਾਏਗਾ, ਪਰ ਮਜ਼ਾ ਵੀ ਤਾਂ ਫਿਰ ਇਹ 'ਚ ਹੀ ਪਿਆ ਨਾ। ਹੁਣ ਜੇ ਤੁਸੀਂ ਕੋਈ ਇੱਕ ਕੱਪੜਾ ਉਣਨਾ, ਜੇ ਇੱਕੋ ਪਾਸੇ ਹੀ ਸਾਰੀਆਂ ਚੀਜ਼ਾਂ ਕਰੀ ਜਾਓ, ਇੱਕੋ ਪਾਸੇ ਲਪੇਟੀ ਜਾਓ, ਕੱਪੜਾ ਬਣ ਜਾਏਗਾ। ਜੇ ਤੁਸੀਂ ਸੋਚੋ ਵੀ ਫਨ ਹੀ ਲੈਣਾ ਹਰ ਵੇਲੇ, ਮਜ਼ਾ 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 ਲੈਣਾ, ਜੇ ਮਜ਼ਾ ਲਈ ਜਾਓਗੇ ਤਾਂ ਇਹ ਮਜ਼ਾ ਜਿਹੜਾ ਹੈ ਨਾ, ਇੱਕ ਦਿਨ ਬਦਮਜ਼ਗੀ ਹੋ ਜਾਏਗੀ।
ਪਰ ਜੇ ਤੁਸੀਂ ਮਦੇ ਨੂੰ ਕਰੋਸ ਕਰਾਤਾ ਚੈਲੇਂਜਸ ਨਾਲ, ਜ਼ਿੰਮੇਵਾਰੀਆਂ ਨਾਲ, ਅਤੇ ਕੱਪੜਾ ਬੁਣਿਆ ਗਿਆ, ਇਹਦਾ ਮਤਲਬ ਹੁਣ ਜਿਹੜਾ ਕੱਪੜਾ ਬੁਣਿਆ ਗਿਆ ਇਹ ਮੇਰਾ ਪਰਮਾਨੈਂਟ ਕੱਪੜਾ, ਹੁਣ ਇਹਦੇ 'ਚ ਮੈਨੂੰ ਬਾਹਰ ਜਾ ਕੇ ਡਰਨ ਦੀ ਕੋਈ ਲੋੜ ਨਹੀਂ। ਪਰ ਜਿਹੜਾ ਮੈਂ ਮਜ਼ੇ ਮਜ਼ੇ ਦੇ ਨਾਲ ਇੱਕ ਕੱਪੜਾ ਉਣ ਰਿਹਾ ਸੀਗਾ, ਦੂਜੇ ਪਾਸੇ ਕੋਈ ਕਰੋਸ ਨਹੀਂ ਸੀ ਕਰ ਰਿਹਾ, ਨਾ ਚੈਲੇਂਜਸ ਨਾਲ, ਨਾ ਜ਼ਿੰਮੇਵਾਰੀਆਂ ਨਾਲ, ਇਹ ਤਾਂ ਕਿਸੇ ਵੇਲੇ ਵੀ ਛਿੱਜੇਗਾ। ਇਹ ਤਾਂ ਉਹ ਸਿਰਫ ਨਸ਼ਾ ਕੀਤਾ ਅਤੇ ਆਪਣੇ ਆਪ ਨੂੰ ਢੱਕ ਲਿਆ, ਜਦੋਂ ਨਸ਼ਾ ਲੱਥਾ ਅਤੇ ਤੁਹਾਨੂੰ ਫਿਕਰ ਪੈ ਗਿਆ ਵੀ ਹੁਣ ਨਸ਼ਾ ਨਹੀਂ ਆਏਗਾ ਤਾਂ ਮੇਰਾ ਕੀ ਬਣੇਗਾ। ਸੋ ਬਸ ਇਹਦੇ ਵਿਚਕਾਰ ਹੀ ਜਿਹੜੀ ਜ਼ਿੰਦਗੀ ਹੈ ਨਾ ਉਹ ਲੰਘ ਜਾਂਦੀ ਹੈ। ਸੋ ਆਹ ਜਿਹੜੀ ਚੀਜ਼ ਹੈ ਇਹਨੂੰ ਜੇ ਕਿਸੇ ਵੇਲੇ ਆਪਾਂ ਸਮਝ ਸਕੀਏ, ਫਿਰ ਸਾਨੂੰ ਇਹ ਪਤਾ ਲੱਗੇਗਾ ਕਿ ਜਿਹੜਾ ਇਨਸਾਨ ਹਰ ਵੇਲੇ ਮਜ਼ੇ ਦੀ ਗੱਲ ਹੀ ਕਰਦਾ ਪਿਆ, ਜਾਂ ਹਰ ਵੇਲੇ ਆਪਣੇ ਆਪ ਨੂੰ ਇੰਟੋਕਸੀਕੇਟਡ ਰੱਖ ਰਿਹਾ, ਜਾਂ ਹਰ ਵੇਲੇ ਆਪਣੇ ਆਪ ਨੂੰ ਸੁਸਤਾ ਰਿਹਾ, ਇਹਦਾ ਮਤਲਬ ਹੈ ਕਿ ਉਹਦੀ ਜ਼ਿੰਦਗੀ ਦੇ ਵਿੱਚ ਜ਼ਿੰਮੇਵਾਰੀਆਂ ਅਤੇ ਸਟਰਗਲ ਅਤੇ ਚੈਲੇਂਜਸ ਨਹੀਂ ਹੈਗੇ। ਹੁਣ ਉਹ ਭੱਜਦਾ ਪਿਆ ਚੈਲੇਂਜਸ ਤੋਂ, ਚਾਹੁੰਦਾ ਮਜ਼ਾ, ਇਹ ਦੋ ਚੀਜ਼ਾਂ ਕਿਵੇਂ ਹੋ ਸਕਦੀਆਂ? ਇਹ ਤਾਂ ਕੋਈ ਦੁਨੀਆ 'ਚ ਮਜ਼ਾ ਨਹੀਂ। ਤੁਸੀਂ ਇਹ ਖਾਣਾ ਖਾ ਲਿਆ, ਫਿਰ ਉਸ ਤੋਂ ਬਾਅਦ ਇਹ ਕਰ ਲਿਆ, ਫਿਰ ਉਸ ਤੋਂ ਬਾਅਦ ਇਹ ਕਰ ਲਿਆ, ਫਿਰ ਉਸ ਤੋਂ ਬਾਅਦ ਫਿਰ ਕਿੰਨਾ ਕਿੱਥੇ ਤੱਕ ਜਾਵਾਂਗੇ ਆਪਾਂ? ਸੋ ਸੇਮ ਸਾਡੇ ਪੇਸ਼ੈਂਟ ਦਾ ਗੱਲ ਹੈ। ਹੁਣ ਐਡਾ ਔਖਾ ਕੰਮ ਕੋਈ ਨਹੀਂ ਹੈ ਮੂਡ ਠੀਕ ਕਰਨਾ, ਬਸ ਮੂਡ ਨੂੰ ਇਹ ਗੱਲ, ਜੇ ਸਾਡਾ ਬਿਲੀਫ ਸਿਸਟਮ ਇੱਕ ਦਿਨ ਇਹ ਚੇਂਜ ਹੋ ਜੇ ਕਿ ਮਜ਼ਾ ਬਾਹਰੋਂ ਨਹੀਂ ਮਿਲਣਾ, ਮਜ਼ਾ ਅੰਦਰੋਂ ਆਉਣਾ, ਪਹਿਲਾ ਬਿਲੀਫ ਸਿਸਟਮ, ਮਜ਼ਾ ਕਿਸੇ ਬਾਹਰਲੀ ਚੀਜ਼ 'ਤੇ ਡਿਪੈਂਡੈਂਟ ਨਹੀਂ ਹੈ, ਪਰ ਮਜ਼ਾ ਜਿਹੜਾ ਮੇਰੇ ਅੰਦਰ ਪਿਆ, ਬਸ ਸਿਰਫ ਮੈਂ ਆਪਣੇ ਚੈਲੇਂਜਸ ਲਵਾਂ ਅਤੇ ਉਹਨਾਂ ਨੂੰ ਕੰਪਲੀਟ ਕਰਾਂ, ਟਾਸਕ ਲੈ ਕੇ ਉਹਨੂੰ ਕੰਪਲੀਟ ਕਰਾਂ, ਉਹਦੇ ਨਾਲ ਜਿਹੜਾ ਮਜ਼ਾ ਜੁੜਿਆ ਨਾ ਉਹ ਅਸਲੀ ਮਜ਼ਾ ਹੈਗਾ ਜਿਹੜਾ ਕਿ ਰਹਿਣ ਵਾਲਾ ਹੈ। ਜੇ ਇਹ ਚੀਜ਼ ਸਮਝ ਆ ਜੇ ਫਿਰ ਬੰਦਾ ਜਿਹੜੇ ਬਾਹਰ ਦੀਆਂ ਚੀਜ਼ਾਂ ਉਹਦੇ ਵਿੱਚੋਂ ਖਤਮ ਹੋ ਜਾਂਦਾ ਹੈ। ਇੱਕ ਜਿਹੜਾ ਹੋਰ ਇਹਦੇ ਵਿੱਚ ਜਿਹੜੀਆਂ ਤੁਹਾਨੂੰ ਦੱਸੀਆਂ ਲਾਈਫ ਸਕਿੱਲਸ ਹੈ, ਜੇ ਆਪਾਂ ਉਹ ਸਾਰੀਆਂ ਲਾਈਫ ਸਕਿੱਲ ਸਿੱਖਣੀਆਂ ਸ਼ੁਰੂ ਕਰ ਦਈਏ ਉਹਦੇ ਵਿੱਚ ਸਾਰਾ ਮਜ਼ਾ ਹੀ ਮਜ਼ਾ ਪਿਆ। ਹੁਣ ਜਦੋਂ ਸਾਨੂੰ ਲਾਈਫ ਸਕਿੱਲ ਕੋਈ ਨਹੀਂ ਆਉਂਦੀ, ਹੈਗੀ ਸਾਰਿਆਂ ਦੇ ਵਿੱਚ ਹੈ, ਪਰਮਾਤਮਾ ਨੇ ਸਾਰਿਆਂ ਦੇ ਅੰਦਰ ਪਾਈ ਹੈ, ਪਰ ਉਹ ਅਸੀਂ ਯੂਜ਼ ਨਹੀਂ ਕਰਦੇ, ਇਸ ਕਰਕੇ ਉਹਨੂੰ ਜੰਗ ਲੱਗ ਜਾਂਦਾ। ਅਤੇ ਜੇ ਉਹਨੂੰ ਅਸੀਂ ਯੂਜ਼ ਕਰਨਾ ਸ਼ੁਰੂ ਕਰ ਦਿਆਂਗੇ ਤਾਂ ਫਿਰ ਸਾਰੀ ਉਮਰ ਦਾ ਮਜ਼ਾ। ਇੱਕ ਜਿਹੜੀ ਹੋਰ ਚੀਜ਼ ਮਜ਼ੇ ਨੂੰ ਖਰਾਬ ਕਰਦੀ ਹੈ ਨਾ, ਉਹ ਹੈਗੀ ਹੈ ਕਿ ਦੂਸਰਿਆਂ ਤੋਂ ਅੱਗੇ ਲੰਘਣ ਦੀ ਬਿਮਾਰੀ। ਹਰ ਚੀਜ਼ ਕਰਨ ਲੱਗਿਆਂ ਦੂਸਰੇ ਤੋਂ ਜ਼ਿਆਦਾ ਪਾਵਰਫੁੱਲ, ਦੂਸਰੇ ਤੋਂ ਅੱਗੇ ਲੰਘਣਾ, ਦੂਸਰੇ ਤੋਂ ਜ਼ਿਆਦਾ ਤਾਕਤ, ਦੂਸਰੇ ਤੋਂ ਜ਼ਿਆਦਾ ਪੈਸਾ, ਦੂਸਰੇ ਤੋਂ ਜ਼ਿਆਦਾ ਹਰ ਚੀਜ਼ ਦੇ ਵਿੱਚ, ਦੂਸਰਿਆਂ ਨੂੰ ਜਦੋਂ ਦੂਸਰਾ ਆ ਗਿਆ ਨਾ ਵਿੱਚ ਤੁਹਾਡੀ ਜ਼ਿੰਦਗੀ 'ਚ, ਤਾਂ ਸਮਝ ਲਓ ਹੁਣ ਤੁਹਾਡਾ ਮੂਡ ਠੀਕ ਨਹੀਂ ਰਹਿਣ ਵਾਲਾ। ਜਿਹੜੇ ਇਨਸਾਨ ਦੇ ਵਿੱਚ, ਇਹਨੂੰ ਕਹਿੰਦੇ ਬਹੁਤ ਹੈ ਕੰਪੀਟੀਸ਼ਨ, ਹੈਲਦੀ ਕੰਪੀਟੀਸ਼ਨ, ਪਰ ਇਹ ਮਜ਼ਾ ਖਰਾਬ ਕਰਨ ਦਾ ਸਭ ਤੋਂ ਵਧੀਆ ਨੁਸਖਾ ਹੈ। ਜਿਸ ਬੰਦੇ ਨੇ ਆਪਣਾ ਮਜ਼ਾ ਖਰਾਬ ਕਰਨਾ ਨਾ, ਉਹ ਬਸ ਆਪਣੇ ਉੱਪਰੋਂ ਧਿਆਨ ਹਟਾ ਕੇ ਦੂਸਰੇ ਦੇ ਉੱਪਰ ਲਾ ਲੇ, ਹੁਣ ਆਪਣੀ ਜ਼ਿੰਦਗੀ ਨੂੰ ਦੂਸਰੇ ਦੇ ਹਿਸਾਬ ਨਾਲ ਜੀਏ, ਦੂਸਰਿਆਂ ਤੋਂ ਜ਼ਿਆਦਾ ਹਰ ਵੇਲੇ ਕੰਟਰੋਲ ਕਰਨ ਦੀ ਚਾਹਤ, ਦੂਸਰਿਆਂ ਦੀ ਬੇਇੱਜ਼ਤੀ ਕਰਕੇ ਆਪਣੇ ਆਪ ਨੂੰ ਵੱਡਾ ਦਿਖਾਉਣਾ, ਦੂਸਰਿਆਂ ਨੂੰ ਛੋਟਾ ਕਰਨਾ ਆਪਣੇ ਆਪ ਨੂੰ, ਜਿੱਥੇ ਵੀ ਦੂਸਰਾ ਆ ਗਿਆ ਨਾ, ਇਹਦਾ ਮਤਲਬ ਹੁਣ ਕੀ ਹੈ, ਬਿਲੀਫ ਸਿਸਟਮ ਕਿਸੇ ਇਨਸਾਨ ਦੇ ਵਿੱਚ ਜੁੜਿਆ ਕਿ ਮੈਂ ਸਭ ਤੋਂ ਅੱਗੇ ਲੰਘਣਾ, ਮੈਂ ਸਭ ਤੋਂ ਲਾਇਕ ਪਾਇਕ ਹੋਣਾ, ਮੈਂ ਸਭ ਤੋਂ ਟੌਪ 'ਤੇ ਜਾਣਾ, ਮੈਂ ਸਾਰਿਆਂ ਨੂੰ ਪਿੱਛੇ ਛੱਡ ਕੇ ਅਤੇ ਮੈਂ ਹਰ ਵੇਲੇ ਜਿੱਥੇ ਜਾਵਾਂ ਬਸ ਮੈਂ ਹੀ ਦਿਖਣਾ ਚਾਹੀਦਾ, ਜਿੱਥੇ ਗੱਲ ਹੋਏ ਸਿਰਫ ਮੇਰੀ ਗੱਲ ਹੀ ਹੋਏ, ਮੈਂ ਸਭ ਤੋਂ ਸੋਹਣਾ ਹੋਵਾਂ, ਮੇਰੇ ਕੱਪੜੇ ਸਭ ਤੋਂ ਸੋਹਣੇ ਹੋਣ, ਮੈਂ ਸਭ ਤੋਂ ਜ਼ਿਆਦਾ ਸੱਜਿਆ ਹੋਵਾਂ, ਜਿੱਥੇ ਜਾਵਾਂ ਉੱਥੇ ਮੈਂ ਹੀ ਮੈਂ ਹੋਵਾਂ। ਬਸ ਇਹ ਸਮਝ ਲਓ ਕਿ ਬੰਦੇ ਦੀ ਮੂਡ ਖਰਾਬ ਕਰਨ ਦੀ ਇਹਨੇ ਰੈਸਪੀ ਸ਼ੁਰੂ ਕਰਤੀ ਹੈ, ਇਸ ਇਨਸਾਨ ਦਾ ਮੂਡ ਕਦੇ ਠੀਕ ਰਹਿ ਹੀ ਨਹੀਂ ਸਕਦਾ। ਇਹਨਾਂ ਨੇ ਹੁਣ ਆਪਣੀ ਸਾਰੀ ਲਾਈਫ ਜਿਹੜੀ ਹੈ ਨਾ ਇਸੇ ਬਿਲੀਫ ਸਿਸਟਮ 'ਤੇ ਲਾ ਦੇਣੀ ਹੈ ਕਿ ਮੈਂ ਆਪਣਾ ਮੂਡ ਠੀਕ ਕਰਾਂ। ਐਂਡ ਮੂਡ ਠੀਕ ਕਰਨ ਦੇ ਸਾਡੇ ਕੋਲ ਚਾਰੇ ਜਿਹੜੇ ਹੈਗੇ ਆ ਉਹ ਸਾਰੇ ਅਡਿਕਟਿਵ ਬਿਹੇਵੀਅਰ ਹੈ, ਜਾਂ ਓਬਸੈਸਿਵ ਬਿਹੇਵੀਅਰ ਹੈ, ਜਾਂ ਅਸੀਂ ਕੋਈ ਓਬਸੈਸ਼ਨ 'ਚ ਫਸ ਜਾਣਾ, ਜਾਂ ਆਪਾਂ ਥਿੰਕਿੰਗ 'ਚ ਫਸ ਜਾਣਾ, ਜਾਂ ਆਪਾਂ ਜੈਲਸੀ 'ਚ ਫਸ ਜਾਣਾ, ਜਾਂ ਹੰਕਾਰ 'ਚ ਫਸ ਜਾਣਾ, ਅਤੇ ਜਾਂ ਆਪਾਂ ਕੋਈ ਨਾ ਕੋਈ ਇਹੋ ਜਿਹਾ ਪੁੱਠਾ ਕੰਮ ਕਰ ਲੈਣਾ ਜਿਹੜਾ ਸਾਨੂੰ ਨੇਚਰ ਦੇ ਨਾਲ ਜਾਂਦਾ ਹੀ ਨਹੀਂ ਹੋਣਾ। ਮਤਲਬ ਸਾਡੀ ਇੱਕ ਪੈਸ਼ਨ ਹੁੰਦਾ ਨਾ, ਨੇਚਰ ਹੁੰਦਾ, ਪੈਸ਼ਨ ਹੁੰਦਾ ਨਾ ਬੇਟੇ, ਕੰਮ ਤਾਂ ਬੰਦੇ ਨੂੰ ਉਹ ਕਰਨਾ ਚਾਹੀਦਾ ਜਿਹੜਾ ਉਹਦਾ ਪੈਸ਼ਨ ਹੋਏ, ਕਿ ਕੰਮ ਇਹ ਕਰਨਾ ਚਾਹੀਦਾ ਕਿ ਮੈਂ ਸਾਰਿਆਂ ਤੋਂ ਅੱਗੇ ਲੰਘਣਾ, ਪੈਸ਼ਨ ਹੈ। ਹੁਣ ਜਿਹਦਾ ਪੈਸ਼ਨ ਹੀ ਨਾ ਹੁਣ ਉਹਨੇ ਦੇਖਣਾ ਯਾਰ ਇਹ ਕੰਮ, ਇਹਦਾ ਕੰਮ ਬੜਾ ਵਧੀਆ, ਚੱਲ ਮੈਂ ਹੀ ਕਰ ਲਾਂ। ਸ਼ਾਮ ਨੂੰ ਕੋਈ ਹੋਰ ਬੰਦਾ ਮਿਲਿਆ, ਨਹੀਂ ਨਹੀਂ ਇਹ 'ਚ ਕੀ ਪਿਆ, ਤੂੰ ਆਹ ਕੰਮ ਕਰ, ਉਹ ਕਹਿੰਦਾ ਲੈ ਇਹ ਕਰ ਲੈਂਦੇ। ਕੱਲ੍ਹ ਸਵੇਰ ਨੂੰ ਕੋਈ ਹੋਰ ਦੋਸਤ ਮਿਲਿਆ, ਲੈ ਇਹ 'ਚ ਕੀ ਕੰਮ ਪਿਆ, ਤੂੰ ਕਾਰਾਂ ਗੱਡੀਆਂ ਵੇਚਿਆ ਕਰ, ਉਹ 'ਚ ਦੇਖੋ ਗੱਡੀ 'ਚ ਲੱਖ ਰੁਪਇਆ ਵੱਜ ਜਾਂਦਾ, ਉਹਨੇ ਅਗਲੇ ਦਿਨ ਗੱਡੀ ਵੇਚਣ ਲੱਗ ਪੈਣੀ।
ਇਹਦਾ ਮਤਲਬ ਹੈ ਵੀ ਉਹਦਾ ਪੈਸ਼ਨ ਨਹੀਂ ਉਹਨੂੰ ਪਤਾ, ਹੁਣ ਇਹ ਮੂਡ ਖਰਾਬ ਕਰਨ ਦੇ ਉਹ ਸਾਰੇ ਦੇ ਹਾਲੇ ਹੀਲੇ ਵਸੀਲੇ ਕਰਨ ਦੇ ਆ, ਇਹ 'ਚ ਉਹਦੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਣੀ ਹੈ। ਹੁਣ ਜੇ ਤੁਸੀਂ ਦੋ ਕੁ ਆਪਣੇ ਬਿਲੀਫ ਸਿਸਟਮ ਹੀ ਅੱਜ ਦੇ ਦਿਨ 'ਚ ਬੰਦਾ ਠੀਕ ਕਰ ਲਏ ਕਿ ਜ਼ਿੰਦਗੀ ਮੈਂ ਆਪਣੇ ਹਿਸਾਬ ਨਾਲ ਜੀਣੀ ਹੈ, ਆਪਣੇ ਪੈਸ਼ਨ ਦੇ ਹਿਸਾਬ ਨਾਲ, ਜਿਹੜਾ ਮੇਰਾ ਸ਼ੌਂਕ ਹੈ ਨਾ ਉਹਦਾ ਕੋਈ ਮੁੱਲ ਨਹੀਂ ਹੈ। ਹੁਣ ਜਿਹੜਾ ਬੰਦਾ ਆਪਣੀ ਸ਼ੌਂਕ ਦੇ ਨਾਲ ਕੰਮ ਕਰ ਰਿਹਾ, ਆਪਣੇ ਸ਼ੌਂਕ ਨਾਲ ਡਾਕਟਰੀ ਕਰ ਰਿਹਾ, ਆਪਣੇ ਸ਼ੌਂਕ ਨਾਲ ਜ਼ਿੰਦਗੀ ਜੀ ਰਿਹਾ, ਉਹਦਾ ਮੂਡ ਨਹੀਂ ਖਰਾਬ ਹੋਏਗਾ। ਜੇ ਹੋਏਗਾ ਵੀ ਖਰਾਬ ਤਾਂ 5-10 ਮਿੰਟਾਂ 'ਚ ਠੀਕ ਹੋ ਜਾਏਗਾ। ਪਰ ਜਿਹੜਾ ਬੰਦਾ ਇਸ ਚੀਜ਼ 'ਤੇ ਹੈ ਕਿ ਮੈਂ ਉਸ ਤੋਂ ਅੱਗੇ ਲੰਘਣਾ, ਉਹਦਾ ਮੂਡ ਕਦੀ ਠੀਕ ਨਹੀਂ ਰਹਿ ਸਕਦਾ। ਜੇ 5-10 ਮਿੰਟ ਠੀਕ ਹੋਏਗਾ ਵੀ ਫਿਰ ਖਰਾਬ ਆ ਜਾਏਗਾ, ਇੱਕ ਸੋਚ ਆ ਜਾਏਗੀ ਅਤੇ ਬਸ ਖਰਾਬ ਹੋ ਜਾਏਗਾ। ਹੁਣ ਤੁਸੀਂ ਦੇਖੋ ਇਹ ਛੋਟੇ ਛੋਟੇ ਬਿਲੀਫ ਸਿਸਟਮ ਹੈ, ਜੇ ਆਪਾਂ ਥੋੜ੍ਹੇ ਜਿਹੇ ਚੇਂਜ ਕਰ ਲਈਏ ਤਾਂ ਸਾਡੀ ਜ਼ਿੰਦਗੀ ਕਿੱਡੀ ਸੌਖੀ ਹੋ ਸਕਦੀ। ਪਹਿਲਾ ਇਹ ਬਿਲੀਫ ਸਿਸਟਮ ਹੈ ਕਿ ਸਾਡੀ ਕਪੈਸਿਟੀ ਘੱਟ ਰਹੀ ਹੈ, ਹਰ ਚੀਜ਼ ਦੀ ਕਪੈਸਿਟੀ ਘੱਟ ਰਹੀ ਹੈ। ਕਿਵੇਂ? ਨਸ਼ੇ ਦੀ ਕਪੈਸਿਟੀ ਵੱਧ ਸਕਦੀ ਹੈ, ਦੇਖਣ ਦੀ ਕਪੈਸਿਟੀ ਘੱਟ ਰਹੀ ਹੈ, ਸੁਣਨ ਦੀ ਕਪੈਸਿਟੀ ਘੱਟ ਰਹੀ ਹੈ, ਦੌੜਨ ਦੀ ਕਪੈਸਿਟੀ ਘੱਟ ਰਹੀ ਹੈ, ਹਰ ਚੀਜ਼ ਦੀ ਉਮਰ ਦੇ ਨਾਲ ਕਪੈਸਿਟੀ ਘੱਟ ਰਹੀ ਹੈ। ਅੱਗੇ ਮੈਂ ਡਿੱਗਦਾ ਸੀਗਾ ਤਾਂ ਕੁਛ ਨਹੀਂ ਸੀ ਹੁੰਦਾ, ਹੁਣ ਡਿੱਗਦਾ ਤਾਂ ਲੱਤਾਂ ਬਾਹਾਂ ਟੁੱਟ ਜਾਂਦੀਆਂ। ਅੱਗੇ ਮੈਂ ਕੁਝ ਕਰਦਾ ਸੀਗਾ ਤਾਂ ਉੱਠ ਕੇ ਆਪਣੇ ਆਪ ਖੜਾ ਹੋ ਜਾਂਦੀ, ਹੁਣ ਮੇਰੇ 'ਚ ਹਿੰਮਤ ਨਹੀਂ ਹੈ ਕਿ ਮੈਂ ਕਰ ਸਕਾਂ, 4 ਪੌੜੀਆਂ ਚੜ੍ਹਨੀਆਂ ਪੈ ਜਾਂਦੇ, ਸਾਹ ਚੜ੍ਹ ਜਾਂਦਾ, ਕਪੈਸਿਟੀ ਘੱਟ ਰਹੀ ਹੈ। ਇਸ ਤਰ੍ਹਾਂ ਹੀ ਤੇਰੇ ਨਸ਼ਾ ਕਰਨ ਦੀ ਵੀ ਕਪੈਸਿਟੀ ਘੱਟ ਰਹੀ ਹੈ। ਇਹ ਜਿਹੜਾ ਕਹਿੰਦੇ ਨਾ ਤੇਰੀ ਕਪੈਸਿਟੀ ਵੱਧ ਗਈ ਹੈ, ਇਹ ਤੇਰਾ ਉਲਟਾ ਦਿਮਾਗ ਹੈ। ਇਹਦਾ ਮਤਲਬ ਹੈ ਕਿ ਤੂੰ ਆਪਣੇ ਆਪ ਨਾਲ ਇੱਕ ਵੱਡਾ ਝੂਠ ਬੋਲਣਾ ਸ਼ੁਰੂ ਕਰਤਾ। ਦੂਜੀ ਗੱਲ ਮੈਂ ਦੱਸੀ ਹੈ ਕਿ ਜਦੋਂ ਬੰਦਾ ਨਸ਼ਾ ਕਰੇ ਤਾਂ ਉਹਨੂੰ ਪਚੇ ਨਾ, ਅਤੇ ਉਹਦੇ ਅੰਦਰ ਜਿਹੜੇ ਸਿਮਟਮਸ ਆਉਂਦੇ ਹੈ ਉਹ ਵੀ ਬੜੇ ਖਤਰਨਾਕ ਅਤੇ ਬੜੇ ਤਕਲੀਫ ਦੇ ਸਿਮਟਮ ਹੈ। ਆਮ ਤੌਰ 'ਤੇ ਪੇਸ਼ੈਂਟ ਜਦੋਂ ਆਉਂਦੇ ਹੈ ਨਾ ਵੀ ਮੈਂ ਇਲਾਜ ਕਰਾਉਣ ਚੱਲਿਆ, ਮੈਂ ਆਪੇ ਇਲਾਜ ਕਰਾਉਣ ਜਾਇਆ, ਉਹ ਉਹਨਾਂ ਤਕਲੀਫਾਂ 'ਚੋਂ ਬਾਹਰ ਆਉਣਾ ਚਾਹੁੰਦੇ ਆ। ਪਰ ਜਦੋਂ ਇਸ ਨਸ਼ੇ ਤੋਂ ਰਹਿਤ ਹੁੰਦੇ ਆ ਫਿਰ ਇੱਕ ਨਵੇਂ ਸੈੱਟ ਆਫ ਤਕਲੀਫਾਂ ਆਉਂਦੀਆਂ, ਉਹ ਤਕਲੀਫਾਂ ਬੰਦਾ ਕਾਫੀ ਹੱਦ ਤੱਕ ਆਪਣੀ ਹਿੰਮਤ ਦੇ ਨਾਲ ਉਹਨਾਂ ਤਕਲੀਫਾਂ ਨੂੰ ਸਹਿੰਦਾ, ਉਹਨਾਂ ਤਕਲੀਫਾਂ ਦੇ ਨਾਲ ਲੜਦਾ, ਪਰ ਇੱਕ ਦਿਨ ਉਹਦੀ ਬੱਸ ਹੋ ਜਾਂਦੀ ਹੈ ਅਤੇ ਉਹ ਫਿਰ ਦੁਬਾਰਾ ਤੋਂ ਉਸ ਪਾਸੇ ਚੱਲ ਜਾਂਦਾ ਅਤੇ ਬਸ ਇਹ ਜਿਹੜਾ ਸਰਕਲ ਹੈ ਚੱਲੀ ਜਾਂਦਾ। ਜੇ ਸਾਨੂੰ ਇਹ ਸਮਝ ਆ ਜਾਏ ਕਿ ਪਹਿਲੇ ਜਿਹੜੇ ਗਰੁੱਪ ਆਫ ਸਿਮਟਮਸ ਹੈ ਉਹਨਾਂ ਵਾਸਤੇ ਡੀਟੋਕਸ ਇੰਪੋਰਟੈਂਟ ਹੈ, ਜਿਹੜੇ ਦੂਜੇ ਗਰੁੱਪ ਆਫ ਸਿਮਟਮਸ ਹੈ ਉਹਨਾਂ ਵਾਸਤੇ ਰਿਕਵਰੀ ਪ੍ਰੋਗਰਾਮ ਇੰਪੋਰਟੈਂਟ ਹੈ, ਅਤੇ ਸੋਬਰਾਇਟੀ ਬਹੁਤ ਇੰਪੋਰਟੈਂਟ ਹੈ। ਇੱਕ ਦਿਨ ਅਸੀਂ ਅਚੀਵ ਕੀ ਕਰਨਾ ਸੋਬਰਾਇਟੀ। ਐਂਡ ਸਾਡਾ ਪੇਸ਼ੈਂਟ ਨਿਸ਼ਾਨੀ ਕੀ ਦੱਸੀ ਸੀ ਕਿ ਜਦੋਂ ਸਾਡਾ ਪੇਸ਼ੈਂਟ ਭੱਜ ਭੱਜ ਕੇ ਇਲਾਜ ਵੱਲ ਆਏ, ਇਹਦਾ ਮਤਲਬ ਰਿਕਵਰੀ ਹੈ। ਅਤੇ ਜੇ ਸਾਡਾ ਪੇਸ਼ੈਂਟ ਭੱਜ ਭੱਜ ਕੇ ਇਲਾਜ ਤੋਂ ਬਾਹਰ ਜਾਏ, ਇਹਦਾ ਮਤਲਬ ਇਹ ਬਿਮਾਰੀ ਹੈ। ਠੀਕ ਹੈ, ਅਤੇ ਬਿਮਾਰੀਆਂ ਦਾ ਇਲਾਜ ਹੁੰਦਾ। ਹੁਣ ਜੇ ਤੁਸੀਂ ਕਿਸੇ ਪੇਸ਼ੈਂਟ ਨੂੰ ਕੋ ਨਸ਼ਾ ਛੱਡ ਦੇ, ਅਤੇ ਮੇਰੇ ਹਿਸਾਬ ਨਾਲ ਤੁਸੀਂ ਕਿਸੇ ਪੇਸ਼ੈਂਟ ਨੂੰ ਵੀ ਯਾਰ ਬੁਖਾਰ ਲਾ ਆਪਣਾ, ਲਾ ਬੁਖਾਰ ਹੋਣੇ, ਉਹ ਕਹਿੰਦਾ ਮੈਂ ਬੁਖਾਰ ਕਿਸ ਤਰ੍ਹਾਂ ਲਾਉਂ, ਨਹੀਂ ਨਹੀਂ ਬੁਖਾਰ ਲਾ ਤੂੰ, ਬੰਦੇ ਦਾ ਪੁੱਤ ਬਣ ਕੇ ਨਾ ਪਹਿਲਾਂ ਬੁਖਾਰ ਲਾ। ਬੁਖਾਰ ਕਿੱਥੋਂ ਲਾਊਗਾ ਬਈ, ਬੁਖਾਰ ਉਹਦੇ ਕੰਟਰੋਲ 'ਚ, ਨਸ਼ਾ ਕਰਨਾ ਉਹਦੇ ਕੰਟਰੋਲ 'ਚ। ਹਾਂ, ਜਿਹੜੀ ਚੀਜ਼ ਲੋਕ ਕਹਿਣਗੇ ਤੂੰ ਕੱਪੜੇ ਲੈ, ਤੂੰ ਆਹ ਕਰ ਲੈ, ਢੱਕ ਲੈ, ਕੋਈ ਕਹੇਗਾ ਗਰਮ ਪਾਣੀ ਨਾਲ ਕਰ, ਕੋਈ ਕਹਿੰਦਾ ਠੰਡੇ ਪਾਣੀ ਨਾਲ ਕਰ, ਕੋਈ ਕਹਿੰਦਾ ਏਸੀ 'ਚ ਕਮਰੇ 'ਚ ਲੈ ਜਾਓ, ਕੋਈ ਕਹਿੰਦਾ ਇਹ ਲੈ ਜਾਓ, ਕੋਈ ਕਹਿੰਦਾ ਕੰਬਲ ਪਾ ਦਿਓ, ਕੋਈ ਕਹਿੰਦਾ ਕੰਬਲ ਲਾ ਦਿਓ, ਸਾਰੇ ਇਹੀ ਹੁੰਦੇ ਆ ਨਸ਼ਾ ਛੱਡਣ ਦੇ ਸਾਰੇ ਤਰੀਕੇ, ਜਿਹੜੇ ਬਾਹਰ ਹੁੰਦੇ ਇਹੋ ਜਿਹੇ ਹੁੰਦੇ ਆ ਬੁਖਾਰ ਲਾਉਣ ਦੇ ਤਰੀਕੇ, ਕਿਉਂਕਿ ਹਰ ਬੰਦੇ ਨੇ ਕੁਛ ਨਾ ਕੁਛ ਜ਼ਰੂਰ ਕਹਿਣਾ ਹੁੰਦਾ। ਮੈਂ ਤਾਂ ਇਹ ਵੀ ਕਿਹਾ, ਉਹ ਕਹਿੰਦਾ ਜੀ ਟੁੱਥਪੇਸਟ ਖਾ ਲਿਆ ਕਰ, ਬੁਖਾਰ ਲੈ ਜਾਏਗਾ। ਮੈਂ ਕਿਹਾ ਅੱਛਾ ਜੀ, ਚਲੋ ਇਹ ਵੀ ਹੋ ਸਕਦਾ ਤਰੀਕਾ। ਮਤਲਬ ਤੁਸੀਂ ਦੇਖੋ ਹਜ਼ਾਰਾਂ ਤਰ੍ਹਾਂ ਦੇ ਤਰੀਕੇ ਹੈ। ਕੋਈ ਕਹੇਗਾ ਠੰਡਾ ਪਾਣੀ ਪਿਆ ਤਾ ਜੀ, ਉਹ ਇਹਨੂੰ ਤਾਂ ਅੱਗੇ ਠੰਡ ਲੱਗੀ ਹੈ। ਕੋਈ ਕਹੇਗਾ ਇਹਨੂੰ ਗਰਮ ਪਾਣੀ ਪਿਆ ਤਾ ਜੀ, ਉਹ ਇਹਨੂੰ ਤਾਂ ਸਰਦੀ ਗਰਮੀ ਹੋ ਗਈ। ਮਤਲਬ ਕੋਈ ਨਾ ਕੋਈ ਆਪਾਂ ਕਰਨਾ ਹੀ ਹੈ। ਪਰ ਬੁਖਾਰ ਸਾਹਿਬ ਥੋੜ੍ਹੀ ਲੈਣਗੇ, ਜੇ ਬੁਖਾਰ ਨੂੰ ਕਹਾਂਗੇ ਬੁਖਾਰ ਲੈ ਜਾ, ਇਸ ਤਰ੍ਹਾਂ ਸਾਡੇ ਪੇਸ਼ੈਂਟ ਨੂੰ ਜੇ ਤੁਸੀਂ ਕਹੋਗੇ ਨਸ਼ਾ ਛੱਡ ਦੇ ਤਾਂ ਉਹ ਨਸ਼ਾ ਥੋੜ੍ਹੀ ਛੱਡੇਗਾ। ਹਾਂ, ਠੀਕ ਰਾਏ ਕਿਹੜੇ ਬੰਦੇ ਦੀ ਹੈ ਜਿਹੜਾ ਕਹਿੰਦਾ ਬੁਖਾਰ ਚੜਿਆ, ਚਲੋ ਡਾਕਟਰ ਕੋਲ ਚਲੋ ਇਲਾਜ। ਅੱਜ ਬੰਦੇ ਨੇ ਨਸ਼ਾ ਕੀਤਾ, ਚਲੋ ਇਲਾਜ। ਅੱਜ ਬੰਦਾ ਦੁਖੀ ਹੈ, ਚਲੋ ਇਲਾਜ। ਅੱਜ ਸਭ ਕੁਝ ਠੀਕ ਹੈ, ਚਲੋ ਇਲਾਜ। ਹਰ ਵੇਲੇ ਇਲਾਜ ਦੇ ਵਾਸਤੇ ਇੱਕ ਜਦੋ ਜਹਿਦ ਚੱਲਦੀ ਹੋਣੀ, ਫੈਮਿਲੀ ਦੀ ਵੀ ਅਤੇ ਪੇਸ਼ੈਂਟ ਦੀ ਵੀ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਥੱਕ ਜਾਂਦੇ ਹਾਂ, ਟੁੱਟ ਜਾਂਦੇ ਹਾਂ, ਰਿਜ਼ਲਟ ਐਡੀ ਜਲਦੀ ਨਹੀਂ ਮਿਲਦੇ, ਸਾਨੂੰ ਲੱਗਦਾ ਕੁਛ ਨਹੀਂ ਬਣਿਆ। ਉਹ ਕਾਫੀ ਕੁਛ ਬਣਿਆ ਹੁੰਦਾ, ਪਰ ਆਪਾਂ ਉੱਥੇ ਗਵਾ ਲੈਂਦੇ ਹਾਂ ਆਪ ਥੱਕ ਟੁੱਟ ਕੇ। ਇਸ ਕਰਕੇ ਸਾਨੂੰ ਇਹ ਚਾਹੀਦਾ ਕਿ ਸਾਡੇ ਕੋਲ ਜੇ ਦੂਜਾ ਚਾਰਾ ਕੋਈ ਜ਼ਿੰਦਗੀ 'ਚ ਨਹੀਂ ਹੈਗਾ
ਅਤੇ ਫਿਰ ਆਪਾਂ ਇਸ ਚਾਰੇ ਨੂੰ ਛੱਡੀਏ ਕਿਉਂ? ਜਾਂ ਤਾਂ ਤੁਹਾਨੂੰ ਕੋਈ ਹੋਰ ਰਸਤਾ ਮਿਲਦਾ ਪਿਆ ਨਾ ਵੀ ਆਹ ਰਸਤਾ ਮਿਲ ਗਿਆ ਜੀ, ਫਿਰ ਆਪਾਂ ਇਹਨੂੰ ਛੱਡ ਕੇ ਦੇਖ ਲਈਏ। ਜੇ ਹੋਰ ਰਸਤਾ ਹੀ ਕੋਈ ਨਹੀਂ, ਦੁਨੀਆ 'ਚ ਕੋਈ ਰਸਤਾ ਨਹੀਂ ਹੈ, ਫਿਰ ਆਪਾਂ ਜਿਹੜਾ ਮਿਲਿਆ ਰਸਤਾ ਇਹਨੂੰ ਵੀ ਕਿਉਂ ਛੱਡ ਕੇ ਬਹਿ ਜਾਈਏ? ਜਾਂ ਤਾਂ ਇਹਨਾਂ ਸਾਡੇ ਕੋਲ ਐਕਸਪੀਰੀਅੰਸ ਘੱਟ ਹੈ। ਜਿੰਨੇ ਮੇਰੇ ਕੋਲ ਪੇਸ਼ੈਂਟਸ ਆਉਂਦੇ ਆ ਤਕਰੀਬਨ 10 ਸਾਲ ਤੋਂ, ਉਹਨਾਂ ਨੇ ਆਪਣੇ ਇਸੇ ਸਾਰੀ ਜੱਦੋਜਹਿਦ ਦੇ ਵਿੱਚ ਪਾਈ ਪਏ ਹੈ। ਕਿੱਥੋਂ ਇਹ ਪ੍ਰੋਬਲਮ ਇੱਕ ਜੀਨਸ ਤੋਂ ਸ਼ੁਰੂ ਹੋਈ ਸੀ, ਇੱਕ ਮੂਡ ਖਰਾਬ ਤੋਂ ਸ਼ੁਰੂ ਹੋਈ ਸੀ, ਅੱਜ ਬ੍ਰੇਨ ਦਾ ਡਿਸਆਰਡਰ ਬਣਿਆ ਪਿਆ, ਮੇਜਰ ਡਿਸਆਰਡਰ। ਹੁਣ ਜੇ ਤੁਸੀਂ ਕਹੋ ਕਿ ਬ੍ਰੇਨ ਡਿਸਆਰਡਰ ਇੱਕਦਮ ਠੀਕ ਹੋ ਜਾਵੇ, ਬ੍ਰੇਨ ਦੀ ਕੀ ਹੈਸੀਅਤ ਹੈ ਜੀ ਕਿ ਉਹ ਆਪਣੇ ਆਪ ਨੂੰ ਠੀਕ ਕਰ ਲਏ? ਇਹ ਤਾਂ ਇੱਕ ਟ੍ਰੇਨਿੰਗ ਪ੍ਰੋਗਰਾਮ ਹੈ ਜਿਹਦੇ ਵਿੱਚ ਦਵਾਈਆਂ ਵਰਤ ਕੇ ਬ੍ਰੇਨ ਨੂੰ ਥੋੜ੍ਹਾ ਜਿਹਾ ਨੀਚੇ ਲਿਆ ਕੇ, ਮਾਈਂਡ ਨੂੰ ਥੋੜ੍ਹਾ ਜਿਹਾ ਅਪਲਿਫਟ ਕਰਕੇ, ਪੇਸ਼ੈਂਟ ਦੇ ਵਿੱਚ ਇੱਕ ਦਿਨ ਡਿਜ਼ਾਇਰ ਪੈਦਾ ਹੋ ਜਾਵੇ ਕਿ ਮੈਂ ਵੀ ਇੱਕ ਦਿਨ ਜ਼ਿੰਮੇਵਾਰੀ ਚੁੱਕਣੀ ਹੈ ਅਤੇ ਆਪਣੀ ਜ਼ਿੰਮੇਵਾਰੀ ਚੁੱਕ ਕੇ ਮੈਂ ਜ਼ਿੰਦਗੀ ਦੇ ਵਿੱਚ ਅੱਛਾ ਇਨਸਾਨ ਬਣਨਾ, ਜਾਂ ਮੈਂ ਇੱਕ ਸੋਬਰ ਇਨਸਾਨ ਬਣਨਾ, ਮੈਂ ਇਹਨਾਂ ਤਕਲੀਫਾਂ ਤੋਂ ਤੰਗ ਆ ਗਿਆ, ਆਪਣੀਆਂ ਦੋਨੋਂ ਤਰ੍ਹਾਂ ਦੀਆਂ ਤਕਲੀਫਾਂ ਤੋਂ, ਕਰਨ ਦੀਆਂ ਤਕਲੀਫਾਂ ਤੋਂ ਵੀ, ਛੱਡਣ ਦੀਆਂ ਤਕਲੀਫਾਂ ਤੋਂ ਵੀ। ਮੈਂ ਉਹ ਡਿਪਰੈਸ਼ਨ, ਖਾਲੀਪਨ ਇਹਨਾਂ ਚੀਜ਼ਾਂ 'ਚ ਨਹੀਂ ਜਾਣਾ ਚਾਹੁੰਦਾ ਅਤੇ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜੀਣਾ ਚਾਹੁੰਦਾ। ਫਿਰ ਉਹ ਆਪਣੇ ਮੂਡ ਨੂੰ ਠੀਕ ਰੱਖਣ ਦੇ 10 ਹੋਰ ਤਰੀਕੇ ਲੱਭ ਲਏਗਾ। ਜਿਵੇਂ ਮੈਂ ਤੁਹਾਨੂੰ ਬਿਲੀਫ ਸਿਸਟਮ ਦੱਸੇ ਹੈ, ਉਹ ਲੱਭੇਗਾ ਜੀ ਕਿਹੜੇ ਕਿਹੜੇ ਬਿਲੀਫ ਸਿਸਟਮ ਹੈ ਜਿਨ੍ਹਾਂ ਕਰਕੇ ਮੇਰਾ ਮੂਡ ਖਰਾਬ ਰਹਿੰਦਾ। ਉਹ ਬਿਲੀਫ ਸਿਸਟਮ ਤੁਸੀਂ ਠੀਕ ਕਰ ਲਓ, ਤੁਹਾਡਾ ਮੂਡ ਠੀਕ ਰਹਿਣਾ ਸ਼ੁਰੂ ਹੋ ਜਾਏਗਾ। ਜੇ ਤੁਹਾਡਾ ਇੱਕ ਬਿਲੀਫ ਸਿਸਟਮ ਠੀਕ ਹੋ ਜਾਏ ਕਿ ਮੈਨੂੰ ਬਾਹਰੋਂ ਕਿਸੇ ਨੇ ਹੈਲਪ ਨਹੀਂ ਕਰਨੀ ਮੇਰਾ ਮੂਡ ਠੀਕ ਕਰਨ 'ਤੇ, ਬੰਦਾ ਪੈਸੇ ਹੀ ਆਪਣੇ ਆਪ ਨੂੰ ਠੀਕ ਕਰ ਲੈਂਦਾ। ਅਤੇ ਜਿੰਨੀ ਦੇਰ ਆਸ ਬਾਹਰੋਂ ਲੱਗੀ ਰਹਿਣੀ ਹੈ, ਉਨੀ ਦੇਰ ਬੰਦੇ ਨੇ ਮੰਗਤਾ ਹੀ ਬਣਿਆ ਰਹਿਣਾ। ਪਰ ਜਦੋਂ ਬੰਦਾ ਨਸ਼ਾ ਕਰਦਾ ਹੈ ਨਾ, ਉਹ ਬੈਗ ਬਾਰੋ ਅਤੇ ਸਟੀਲ ਤਿੰਨੇ ਚੀਜ਼ਾਂ ਕਰਦਾ, ਬੈਗ ਬਾਰੋ ਐਂਡ ਸਟੀਲ। ਅਤੇ ਜਿਸ ਇਨਸਾਨ ਨੂੰ ਛੱਡਣ ਲੱਗਿਆਂ ਵੀ ਬੈਗ ਬਾਰੋ ਅਤੇ ਸਟੀਲ ਆ ਜਾਏ ਨਾ ਕਿ ਮੈਂ ਕਿਸੇ ਵੀ ਹੱਦ ਤੱਕ, ਮਤਲਬ ਇਹ ਕੋਈ ਨਹੀਂ ਹੈ, ਭਾਵੇਂ ਮੈਨੂੰ ਮੰਗਣਾ ਪਵੇ, ਭਾਵੇਂ ਪਾਪਾ ਜੀ ਨੂੰ ਕਹਿਣਾ ਪਵੇ, ਜਿੱਥੋਂ ਮਰਜ਼ੀ ਪੈਸੇ ਲਿਆਓ ਜੀ, ਜਿੱਥੋਂ ਮਰਜ਼ੀ ਟਾਈਮ ਕੱਢੋ ਜੀ, ਮੰਗ ਲਓ ਜੇ ਤੁਹਾਡੇ ਕੋਲ ਨਹੀਂ ਹੈਗੇ, ਲੋਨ ਲੈ ਲਓ, ਪਰ ਮੈਂ ਇਲਾਜ ਮੇਰਾ ਪੂਰਾ ਕਰਾਓ। ਬੈਗ ਬਾਰੋ ਐਂਡ ਸਟੀਲ, ਉਹ ਕਹਿੰਦਾ ਕੁਛ ਵੀ ਹੋ ਜੇ, ਤੁਸੀਂ ਕਹਿੰਦੇ ਜੀ ਨਹੀਂ ਲੋੜ, ਰਿਸ਼ਤੇਦਾਰ ਕੀ ਕਹਿਣਗੇ, ਉਹ ਕਹਿੰਦੇ ਮਾਰੋ ਗੋਲੀ, ਤੁਸੀਂ ਮੈਨੂੰ ਬਚਾਓ, ਮੈਂ ਇਸ ਵੇਲੇ ਬੈਗ ਬਾਰੋ ਸਟੀਲ। ਜਦੋਂ ਤੁਹਾਡੇ ਅੰਦਰ ਸ਼ਿੱਦਤ ਇੰਨੀ ਆ ਗਈ ਨਾ ਨਸ਼ਾ ਛੱਡਣ ਦੀ, ਕਿਉਂਕਿ ਉੱਧਰ ਤਾਂ ਸ਼ਿੱਦਤ ਸੀਗੀ ਨਾ, ਉੱਧਰ ਤਾਂ ਸੀਗੀ, ਉੱਧਰ ਤਾਂ ਆਪਾਂ ਨੂੰ ਕੋਈ ਮੰਗਣ ਲੱਗਿਆ 20 ਰੁਪਏ ਵੀ ਮੰਗ ਲੈਂਦੇ ਸੀ, 50 ਰੁਪਏ ਵੀ ਮੰਗ ਲੈਂਦੇ ਸੀ। ਐਂਡ ਜਿਹੜਾ ਬੰਦਾ ਨੂੰ ਕਦੀ ਕਿਸੇ ਨੇ, ਮਤਲਬ ਜਿਹੜੇ ਬੰਦੇ ਨੂੰ ਕਦੀ ਜਲਾਬ, ਮਤਲਬ ਕਿਸੇ ਨਾਲ ਕਦੀ ਸਤਿ ਸ਼੍ਰੀ ਅਕਾਲ ਵੀ ਹੋਈ ਹੈ, ਉਹਦੇ ਕੋਲੋਂ ਵੀ ਮੰਗ ਲੈਣੇ ਅਤੇ ਕਢਾ ਵੀ ਲੈਣੇ, ਅਤੇ ਇੱਧਰ ਕਿਉਂ ਨਹੀਂ ਫਰਕ ਪੈਂਦਾ ਪਿਆ? ਉਹੀ ਇਨਸਾਨ ਹੈ ਨਾ, ਬਸ ਗੱਲ ਸਿਰਫ ਇਹ ਹੈ ਇੱਧਰ ਸ਼ੌਂਕ ਨਹੀਂ ਪੈਦਾ ਹੋਣ ਡਿਆ, ਇੱਧਰ ਨੀਂਦ ਨਹੀਂ ਖੁੱਲ੍ਹਣ ਡਈ। ਕਦੀ ਹੋਇਆ ਵੀ ਨਸ਼ਾ ਲੈਣ ਜਾਣਾ ਹੋਏ ਤਾਂ ਸਵੇਰੇ 4 ਵਜੇ ਨੀਂਦਰ ਨਾ ਖੁੱਲ੍ਹੇ, ਸਮਾਨ ਨਾ ਕੋਲ ਹੋਏ ਤਾਂ ਬੰਦਾ 2 ਵਜੇ ਰਾਤੀ ਉੱਠ ਕੇ ਬਹਿ ਜਾਂਦਾ, ਐਂਡ ਦੇਖਦਾ ਰਹਿੰਦਾ ਆਸ ਪਾਸ ਵੀ ਕਿੱਥੋਂ ਪੈਸੇ ਚੁੱਕਣੇ ਆ, ਕਿੱਥੋਂ ਇਹ ਕਰਨਾ। ਜੇ ਆਹੀ ਆ ਜੇ ਕਿ ਵੀ ਮੈਂ ਤਾਂ ਬਈ ਨਸ਼ਾ ਛੱਡਣ ਲੱਗਿਆ ਵੀ ਉਹੀ ਸਿਰੜੇਪਨ ਦਿਖਾਉਣਾ, ਉਹੀ ਢੀਠਪਨ ਦਿਖਾਉਣਾ, ਤਾਂ ਕਿੱਥੇ ਜਾਏਗਾ ਨਸ਼ਾ? ਬਸ ਆਹੀ ਗੱਲ ਹੈ, ਨਸ਼ਾ ਕਰਨਾ, ਨਸ਼ਾ ਛੱਡਣਾ, ਨਸ਼ਾ ਕਰਨਾ ਠੀਕ ਸੀਗਾ, ਨਸ਼ਾ ਪਚਦਾ ਨਹੀਂ ਹੈ, ਹੁਣ ਛੱਡਣਾ ਜ਼ਰੂਰੀ ਹੈ। ਛੱਡ ਕੇ ਤਕਲੀਫਾਂ ਆਉਂਦੀਆਂ, ਕਰਕੇ ਤਕਲੀਫਾਂ ਆਉਂਦੀਆਂ, ਫਿਰ ਹੁਣ ਆਪਾਂ ਇਹਨਾਂ ਤਕਲੀਫਾਂ 'ਚੋਂ ਜੇ ਬਾਹਰ ਆਉਣਾ ਤਾਂ ਫਿਰ ਇੱਕ ਵਾਰੀ ਉਹ ਆਪਣੇ ਅੰਦਰ ਉਮੰਗ ਪੈਦਾ ਕਰੀਏ ਕਿ ਆਪਾਂ ਇਲਾਜ ਦੇ ਵੱਲ ਜਾਈਏ। ਹੁਣ ਜਿਹੜਾ ਪੇਸ਼ੈਂਟ ਅੱਜ ਦੇ ਦਿਨ 'ਚ ਇੱਕ ਪ੍ਰਣ ਕਰ ਲਏ, ਇੱਕ ਸਿਰਫ ਕਮਿਟਮੈਂਟ ਕਰ ਲਏ ਕਿ ਮੈਂ ਇਲਾਜ ਵੱਲ ਭੱਜ ਭੱਜ ਕੇ ਜਾਣਾ, ਭੱਜ ਭੱਜ ਕੇ ਜਾਣਾ, ਡਾਕਟਰ ਸਾਹਿਬ 6 ਵਜੇ ਬੁਲਾਉਣਗੇ ਮੈਂ 5 ਵਜੇ ਜਾਣਾ, ਡਾਕਟਰ ਸਾਹਿਬ ਸੋਮਵਾਰ ਬੁਲਾਉਣਗੇ ਮੈਂ ਐਤਵਾਰ ਜਾਣਾ, ਡਾਕਟਰ ਸਾਹਿਬ ਨੇ ਐਤਵਾਰ ਬੁਲਾਇਆ ਮੈਂ ਸ਼ਨੀਚਰਵਾਰ ਜਾਣਾ। ਇਹ ਬੰਦਾ ਜਿਹੜਾ ਹੈ, ਇਹ ਬੰਦਾ ਹੁਣ ਇਸ ਚੀਜ਼ ਵਾਸਤੇ ਐਲੀਜੀਬਲ, ਅਤੇ ਜਿਹੜਾ ਦੂਰ ਜਾਏਗਾ ਉਹ ਇਹਦਾ ਮਤਲਬ ਹੈ ਵੀ ਹਾਲੇ ਤਾਂ ਇਸ ਬੰਦੇ ਨੂੰ ਲੋੜ ਹੈ। ਬਸ ਆਹੀ ਗੱਲ ਹੈ, ਹੋਰ ਕੋਈ ਬਹੁਤ ਵੱਡੀ ਗੱਲ ਨਹੀਂ। ਤੁਸੀਂ ਦੱਸੋ ਜੇ ਕੋਈ ਤੁਹਾਡਾ ਕੋਈ ਕੁਐਸਚਨ ਇਸ ਬਾਰੇ ਹੋਏ, ਜਾਂ ਕੋਈ ਸ਼ੇਅਰਿੰਗ ਕਿਸੇ ਨੇ ਕਰਨੀ ਹੋਈ। ਔਖਾ ਕੰਮ ਸਮਝਣਾ, ਔਖਾ ਹੈ ਕਿ ਸੌਖਾ ਹੈ? ਹਾਂ ਸੌਖਾ ਹੈ ਸਮਝਣਾ। ਉਦੋਂ ਤੱਕ ਤੁਸੀਂ ਫੈਮਿਲੀਜ਼ ਲੱਗੇ ਰਹੋ ਜਦੋਂ ਤੱਕ ਪੇਸ਼ੈਂਟ ਆਪੇ ਭੱਜ ਭੱਜ ਕੇ ਨਾ ਆਏ। ਪੇਸ਼ੈਂਟ ਤੁਹਾਨੂੰ ਕਹੇ ਪਾਪਾ ਜੀ ਉੱਠੋ ਆਏ ਸਵੇਰੇ, ਡਾਕਟਰ ਸਾਹਿਬ ਨੇ ਬੁਲਾਇਆ 10 ਵਜੇ, ਆਪਾਂ ਉੱਥੇ 8 ਵਜੇ ਦੀ ਪਹਿਲੀ ਬੱਸ ਫੜਨੀ ਜੇ, ਆਪਾਂ ਜਾ ਕੇ 9 ਵਜੇ ਪਹੁੰਚਣਾ ਜੇ, ਤੁਹਾਡਾ ਪੇਸ਼ੈਂਟ ਠੀਕ, ਇਹਦਾ ਮਤਲਬ ਉਹਦਾ ਮਾਇੰਡ ਚੱਲ ਪਿਆ। ਜਿਹੜਾ ਪੇਸ਼ੈਂਟ ਕਹੇ ਨਹੀਂ ਜੀ ਅੱਜ ਜਾਣਾ ਸੀਗਾ, ਨਹੀਂ ਨਹੀਂ ਅਗਲੇ ਹਫ਼ਤੇ ਚੱਲਾਂਗੇ ਪਾਪਾ ਜੀ, ਹਾਲੇ ਬੜੇ ਕੰਮ ਪਏ ਹੈ, ਪਹਿਲਾਂ ਰਜਿਸਟਰੀਆਂ ਕਰਾ ਲਈਏ, ਪਹਿਲਾਂ ਆਹ ਕਰ ਲਈਏ, ਪਹਿਲਾਂ ਉਹ ਕਰ ਲਈਏ, ਪਹਿਲਾਂ ਮਸਲੇ ਸਾਰੇ ਹੱਲ ਕਰ ਲਈਏ, ਹੁਣ ਦੁਕਾਨ ਬੰਦ ਕਰਕੇ ਕਿੱਥੇ ਚੱਲ ਜਾਈਏ ਇਲਾਜ ਕਰਾਉਣ?
ਵੀ ਜਦੋਂ ਤੂੰ ਨਸ਼ਾ ਕਰਨ ਜਾਂਦਾ ਸੀ ਉਦੋਂ ਦੁਕਾਨ ਖੁੱਲ੍ਹੀ ਸੀ ਕਿ ਬੰਦ ਸੀ? ਸਭ ਬੰਦ ਹੁੰਦੀਆਂ। ਉਦੋਂ ਤਾਂ ਉਹ ਦੁਕਾਨ ਵੀ ਖੁਲਾ ਲਈ ਦੀ ਹੈ ਜਿਹਦਾ ਸਾਨੂੰ ਘਰ ਵੀ ਨਹੀਂ ਪਤਾ ਹੁੰਦਾ ਵੀ ਇਹ ਦੁਕਾਨ ਦਾ ਮਾਲਕ ਕੌਣ ਹੈ, ਉਹ ਵੀ ਲੱਭ ਜਾਂਦਾ ਦੇਖੇ ਸਾਨੂੰ। ਇਹਦਾ ਮਤਲਬ ਬੰਦੇ ਦਾ ਦਿਮਾਗ ਬਹੁਤ ਹੈ। ਬਸ ਇਹ ਹੈ ਕਿ ਉਹਨੂੰ ਹਾਲੇ ਭੁਲੇਖਾ ਹੈਗਾ ਕਿ ਸ਼ਾਇਦ ਹਾਲੇ ਵੀ ਕਿਤੇ ਸਾਡੀ ਹੱਟੀ ਖੁੱਲ੍ਹ ਜਾਣੀ ਹੈ। ਨਹੀਂ ਖੁੱਲ੍ਹਣੀ। ਸਾਇੰਸ ਨੇ ਪ੍ਰੂਵ ਕਰਤਾ ਕਿ ਜਿਹਦੀ ਹੱਟੀ ਇੱਕ ਵਾਰੀ ਬੰਦ ਹੋ ਗਈ ਨਾ ਨਸ਼ੇ ਵਾਸਤੇ, ਉਹ ਹੱਟੀ ਹਮੇਸ਼ਾ ਵਾਸਤੇ ਬੰਦ ਹੋ ਗਈ। ਹੁਣ ਤੂੰ ਰੋ ਪਿੱਟ ਜੋ ਮਰਜ਼ੀ ਕਰ ਲੈ, ਇੱਕ ਵਾਰੀ ਹੱਟੀ ਬੰਦ ਤਾਂ ਸਾਰੀ ਉਮਰ ਵਾਸਤੇ ਹੱਟੀ ਬੰਦ, ਅਤੇ ਇੱਕ ਨਸ਼ੇ ਵਾਸਤੇ ਹੱਟੀ ਬੰਦ ਅਤੇ ਸਾਰੇ ਨਸ਼ਿਆਂ ਵਾਸਤੇ ਹੱਟੀ ਬੰਦ। ਬਸ ਜਿੰਨੀ ਇਹ ਗੱਲ ਸਮਝ ਆ ਗਈ ਨਾ ਕਿ ਫਿਰ ਇਹ ਬੰਦਾ ਇਸ ਗਦੀ ਗੇਟ 'ਚੋਂ ਬਾਹਰ ਆ ਜਾਏਗਾ, ਨਹੀਂ ਤਾਂ ਇਸ ਗਦੀ ਗੇਟ 'ਚ ਹੀ ਫਸਿਆ ਰਹੇਗਾ। ਐਂਡ ਜਿੰਨਾ ਆਪਾਂ ਲੇਟ ਕਰਦੇ ਹਾਂ, ਮੈਂ ਦੇਖਿਆ ਲੋਕਾਂ ਨੂੰ ਪੰਜ ਪੰਜ ਸਾਲ, ਦਸ ਦਸ ਸਾਲ ਇਹ ਹੀ ਨਹੀਂ ਇੱਕ ਚੀਜ਼ ਸਮਝ ਆਉਣ ਡਈ ਕਿ ਮੈਂ ਕਰਨ ਜੋਗਾ ਨਹੀਂ ਹਾਂ। ਤਾਂ ਤੈਨੂੰ ਕਹਿਣ ਡਿਆ, ਕੋਈ ਇਹ ਥੋੜ੍ਹੀ ਹੋ ਗਿਆ ਸੀ ਤੈਨੂੰ ਕੋਈ ਕਹਿਣ ਡਿਆ ਵੀ ਤੈਨੂੰ ਨਜ਼ਾਰੇ ਆਉਣ ਡੇ ਅਤੇ ਅਸੀਂ ਤੈਨੂੰ ਕਹਿੰਦੇ ਛੱਡ ਜਾ। ਨਾ ਨਾ, ਨਜ਼ਾਰੇ ਤਾਂ ਤੈਨੂੰ ਵੀ ਨਹੀਂ ਆਉਂਦੇ ਪਏ, ਇਹ ਤਾਂ ਤੂੰ ਹੁਣ ਜਿੱਦ ਪਾਈ ਹੈ, ਲੜਾਈ ਲੜਨ ਡਿਆ ਚਾਰੇ ਪਾਸੇ। ਨਾ ਤੇਰਾ ਮੂਡ ਠੀਕ ਹੁੰਦਾ, ਨਾ ਤੇਰੇ ਹਾਲਾਤ ਠੀਕ ਹੁੰਦੇ ਆ, ਨਾ ਤੇਰੀ ਜ਼ਿੰਦਗੀ ਠੀਕ ਹੁੰਦੀ ਹੈ, ਨਾ ਤੇਰੇ ਰਿਸ਼ਤੇ ਠੀਕ ਹੁੰਦੇ ਆ, ਨਾ ਤੇਰਾ ਪੈਸਾ ਠੀਕ ਹੁੰਦਾ, ਨਾ ਤੇਰੀ ਇੱਜ਼ਤ ਬਚਣ ਡਈ ਹੈ, ਨਾ ਤੇਰੀ ਸਿਹਤ ਇੰਨੀ ਜੋ ਕਿ ਰਹਿ ਗਈ ਹੈ, ਕਿਸੇ ਪਾਸਿਓਂ ਵੀ ਤਾਂ ਹੈ ਨਹੀਂ ਤੇਰੇ 'ਚ, ਇਸ ਕਰਕੇ ਛੱਡ।